ਮੁੱਦੇ ਦੀ ਗੱਲ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਵਿਜੇ ਮੋਰਿਆ। ਮੁੱਦੇ ਦੀ ਗੱਲ ਵਿੱਚ ਅਸੀਂ ਅੱਜ ਪੰਜਾਬ ਦੇ ਵਿੱਚ ਤਿੰਨ ਸ਼ਹਿਰਾਂ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਅਤੇ ਨਗਰ ਕੌਂਸਲ ਦੀ ਚੋਣਾਂ ਤੋਂ ਇਲਾਵਾ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਈਆਂ ਵਿਧਾਨ ਸਭਾ ਦੇ ਮੁੱਦੇ ਨੂੰ ਲੈ ਕੇ ਗੱਲ ਕਰਾਂਗੇ। ਕਾਂਗਰਸ ਜਿਹੜੀ ਕਿ ਪੰਜਾਬ ਵਿੱਚ ਜਿੱਤ ਗਈ ਹੈ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ, ਉਹਨੂੰ ਜਿੱਤ ਤਾਂ ਕਾਂਗਰਸੀ ਬਹੁਤ ਖੁਸ਼ੀ ਮਨਾ ਰਹੇ ਹੈ, ਲੇਕਿਨ ਬੀਜੇਪੀ ਅਤੇ ਅਕਾਲੀ ਦਲ ਇਸ ਜਿੱਤ ਨੂੰ ਲੋਕਤੰਤਰ ਦੀ ਹੱਤਿਆ ਦੱਸ ਰਹੀ ਹੈ। ਅਸੀਂ ਇਸ ਚੁਣਾਵੀ ਮੁੱਦੇ 'ਤੇ ਗੱਲ ਕਰਾਂਗੇ। ਸਾਡੇ ਇਸ ਮੁੱਦੇ ਦੀ ਸਾਡੀ ਗੱਲਬਾਤ ਲਈ ਸਾਡੇ ਵਿੱਚ ਵਿਸ਼ੇਸ਼ ਮਹਿਮਾਨ ਪਹੁੰਚੇ ਨੇ, ਬੀਜੇਪੀ ਦੇ ਪ੍ਰਦੇਸ਼ ਮਹਾਂ ਮੰਤਰੀ ਜੀਵਨ ਗੁਪਤਾ ਜੀ ਅਤੇ ਕਾਂਗਰਸ ਤੋਂ ਐਡਵੋਕੇਟ ਅਮਰਜੀਤ ਸਿੰਘ ਜੀ। ਤੁਹਾਡੇ ਦੋਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਪਹਿਲੀ ਸਾਡੇ ਵਿੱਚ ਕਿ ਕਾਂਗਰਸ ਦੇ ਨੇਤਾ ਮੌਜੂਦ ਨੇ ਅਮਰਜੀਤ ਸਿੰਘ ਜੀ। ਅਮਰਜੀਤ ਸਿੰਘ ਜੀ, ਪਹਿਲੀ ਟਿੱਪਣੀ ਤੁਹਾਡੀ ਮੈਂ ਚਾਹੂੰਗਾ। ਕਾਂਗਰਸ ਇੱਥੇ ਤਿੰਨੋਂ ਨਗਰ ਨਿਗਮ ਚੋਣਾਂ ਜਿੱਤ ਗਈ ਹੈ, ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ, ਅਤੇ ਸਾਰੀਆਂ ਨਗਰ ਕੌਂਸਲਾਂ ਇਹ ਭੁਲੱਥ ਦੀ ਛੱਡ ਕੇ ਬਾਕੀ ਸਾਰੀ ਜਿੱਤ ਗਈ ਹੈ। ਉਹਦੇ ਬਾਰੇ ਪਹਿਲੀ ਤੁਹਾਡੀ ਟਿੱਪਣੀ ਕੀ ਹੈ? ਇਹ ਜਿੱਤ ਕਿਸ ਨੂੰ ਦੇਖ ਰਹੇ ਹੋ ਤੁਸੀਂ, ਕਿਸ ਤਰ੍ਹਾਂ ਇਹਨੂੰ ਦੇਖ ਰਹੇ ਹੋ? ਇਹ ਜਿਹੜਾ ਜਿੱਤ ਦਾ ਸਿਹਰਾ ਸਾਰਾ ਸਾਡੇ ਮੁੱਖ ਮੰਤਰੀ ਜੀ ਕੈਪਟਨ ਅਮਰਿੰਦਰ ਸਿੰਘ, ਸਰਦਾਰ ਨਵਜੋਤ ਸਿੰਘ ਸਿੱਧੂ ਜੀ ਅਤੇ ਸਾਡੇ ਜਿਹੜੇ ਪੰਜਾਬ ਪ੍ਰਧਾਨ ਜਾਖੜ ਸਾਹਿਬ ਨੂੰ ਜਾਂਦਾ ਜੀ, ਕਿਉਂਕਿ ਜਿਨ੍ਹਾਂ ਨੇ ਜੋ ਵਾਅਦੇ ਇਲੈਕਸ਼ਨ ਟਾਈਮ ਕੀਤੇ ਸੀ ਪਬਲਿਕ ਨਾਲ ਜੀ, ਉਹ ਸਾਰੇ ਵਾਅਦੇ ਆਉਂਦਿਆਂ ਹੀ ਉਹਨਾਂ ਨੇ ਇੰਪਲੀਮੈਂਟ ਕਰਨੇ ਸ਼ੁਰੂ ਕਰਤੇ ਜੀ। ਔਰ ਮੈਂ ਜਿੱਤ ਦਾ ਇੱਕ ਹੋਰ ਬੜਾ ਵੱਡਾ ਰੀਜ਼ਨ ਕਹੂੰਗਾ, ਕਿਉਂਕਿ ਪਿਛਲੇ ਜਿਹੜੇ 10 ਸਾਲ ਤੋਂ ਜਿਹੜੀ ਗੱਠਜੋੜ ਦੀ ਸਰਕਾਰ ਸੀਗੀ, ਲੋਕ ਉਹਨਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਜੀ। ਬੜੀਆਂ ਤਰ੍ਹਾਂ ਦੀਆਂ ਉਹਨਾਂ ਨੂੰ ਪ੍ਰੋਬਲਮ ਸੀਗੀਆਂ, ਜਿਵੇਂ ਕਿ ਆਪਾਂ ਕਈ ਤਰ੍ਹਾਂ ਦੇ ਮੁੱਦੇ ਲੈ ਲਈਏ, ਜਿਵੇਂ ਨਸ਼ਿਆਂ ਦਾ ਮੁੱਦਾ ਸੀਗਾ ਜਾਂ ਅੱਗੇ ਰੇਤੇ ਦਾ ਮੁੱਦਾ ਸੀਗਾ, ਕਿਸੇ ਵੀ ਕਿਸਮ ਦਾ ਮੁੱਦਾ ਸੀ, ਡਿਵੈਲਪਮੈਂਟ ਬਿਲਕੁਲ ਨਹੀਂ ਹੋਈ 10 ਸਾਲ ਦੇ ਵਿੱਚ, ਔਰ ਬਿਲਕੁਲ ਕਾਰੋਬਾਰ ਜਿਹੜੇ ਆ ਸਾਰੇ ਜਮੇ ਬਿਲਕੁਲ ਠੱਪ ਕਰਤੇ ਇਹਨਾਂ ਨੇ। ਸੋ ਉਹ ਚੀਜ਼ਾਂ ਨੂੰ ਜਦੋਂ ਕੈਪਟਨ ਸਾਹਿਬ ਨੇ ਆ ਕੇ ਆਪਣੀਆਂ ਪੋਲਿਸੀ ਨੂੰ ਜਦੋਂ ਇੰਪਲੀਮੈਂਟ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਜੀ, ਜਿਵੇਂ ਉਹਨਾਂ ਨੇ ਕਿ ਲੋਕਾਂ ਨੂੰ ਰਜਿਸਟਰੀਆਂ ਦੇ ਰੇਟ ਘੱਟ ਕੀਤੇ ਜੀ, ਠੀਕ ਹੈ ਜੀ, ਮਤਲਬ ਕਿਸਾਨਾਂ ਦੇ ਕਰਜ਼ੇ 2-2 ਲੱਖ ਰੁਪਏ ਮਾਫ਼ ਕੀਤੇ ਜੀ। ਸੋ ਉਹਨਾਂ ਨੇ ਉਹਨਾਂ ਹੀ ਆਪਣੀਆਂ ਪੋਲਿਸੀਆਂ ਨਾਲ ਜਿਹੜੀ ਡਿਵੈਲਪਮੈਂਟ, ਇੱਕ ਹੋਰ ਸਾਰਿਆਂ ਨਾਲੋਂ ਵੱਡੀ ਚੀਜ਼ ਆ ਵੀ ਆਮ ਤੌਰ 'ਤੇ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਪਿੱਛੇ ਗੱਠਜੋੜ ਦੀ ਜਿਹੜੀ ਸਰਕਾਰ ਰਹੀ ਆ, ਇਹ ਡਿਵੈਲਪਮੈਂਟ ਅਖੀਰਲੇ 5 ਸਾਲ ਜਦੋਂ ਖਤਮ ਹੋਣ ਵਾਲੇ ਹੁੰਦੇ ਸੀ, ਲਾਸਟ ਈਅਰ ਦੇ ਵਿੱਚ ਡਿਵੈਲਪਮੈਂਟ ਕਰਦੇ ਸੀ, ਉਹ ਵੀ ਸੜਕਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਸੀ ਜੀ, ਔਰ ਵਿੱਚ ਕੋਈ ਬਿਜ਼ਨਸ ਦੀ ਡਿਵੈਲਪਮੈਂਟ, ਕੋਈ ਇੰਡਸਟਰੀ ਡਿਵੈਲਪਮੈਂਟ ਕੁਛ ਨਹੀਂ ਕੀਤੀ, ਸਿਰਫ ਲਾਸਟ ਈਅਰ ਦੇ ਵਿੱਚ ਜਾ ਕੇ ਸਿਰਫ ਆਪਣੀਆਂ ਸੜਕਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਸੀ ਅਤੇ ਉਹਨੂੰ ਇੱਕ ਵਿਕਾਸ ਦਾ ਰੂਪ ਦਿੰਦੇ ਸੀ ਜੀ। ਪਰ ਲੋਕ ਹੁਣ ਬਹੁਤ ਸਿਆਣੇ ਹੋ ਗਏ ਆ, ਲੋਕਾਂ ਨੂੰ ਪਤਾ ਲੱਗਿਆ ਨਵੀਂ ਜਨਰੇਸ਼ਨ ਨੂੰ ਵੀ ਇਹ ਪਾਰਟ ਆਫ ਡਿਵੈਲਪਮੈਂਟ ਹੈ, ਇਹਦੇ 'ਚ ਮਤਲਬ ਇਹਦਾ ਨਾ ਕੋਈ ਬਹੁਤਾ ਵੱਡਾ ਮੁੱਦਾ ਨਹੀਂ ਹੈ ਵੀ ਜਿਹੜਾ ਜਿਹਦੇ ਨਾਲ ਕੰਮ ਕਾਰ ਚੱਲਣ ਜਾਂ ਮਤਲਬ ਕੋਈ ਇੰਡਸਟਰੀ ਲਿਆਉਂਦੀ ਹੋਵੇ, ਉਹਨੇ ਕੋਈ ਨਵੀਂ ਕੁਛ ਹੋਰ ਰੁਜ਼ਗਾਰ ਪੈਦਾ ਕੀਤੇ ਹੋਣ, ਮਤਲਬ ਉਹ ਚੀਜ਼ ਕੁਛ ਵੀ ਨਹੀਂ ਕੀਤੀ। ਅਤੇ ਕੈਪਟਨ ਸਾਹਿਬ ਨੇ ਆਉਂਦੇ ਹੀ ਸਾਰਿਆਂ ਨਾਲ ਪਹਿਲਾਂ ਨਸ਼ਿਆਂ ਨੂੰ ਨੱਥ ਪਾਈ ਜੀ, ਫਿਰ ਡਿਵੈਲਪਮੈਂਟ ਲਈ ਉਹਨਾਂ ਨੇ ਹੋਰ ਵੀ ਬਹੁਤ ਕੁਛ ਕਰ ਰਹੇ ਆ। ਸੋ ਮਤਲਬ ਜਿਹੜੇ ਮੁੱਦੇ ਉਹ ਲਾਸਟ ਈਅਰ 'ਚ ਸ਼ੁਰੂ ਕਰਦੇ ਨੇ, ਇਹਨਾਂ ਨੇ ਪਹਿਲੇ ਸਾਲ ਤੋਂ ਸ਼ੁਰੂ ਕਰਦੇ ਹੋਏ ਆ ਜੀ ਜੀ। ਅਤੇ ਲੋਕਾਂ ਨੇ ਉਸ ਵਿਕਾਸ ਨੂੰ ਦੇਖਦੇ ਹੋਏ, ਉਸ ਵਿਕਾਸ ਦੀ ਹਨੇਰੀ ਨੂੰ ਦੇਖਦੇ ਹੋਏ ਜਿਹੜੀ ਹੈ ਕਿ ਇਹ ਸਾਰਿਆਂ ਨਾਲ ਵੱਡੀ ਜਿਹੜੀ ਜਿੱਤ ਆ ਇਹਨਾਂ ਦੀ ਝੋਲੀ ਵਿੱਚ ਪਾਈ। ਗੁਪਤਾ ਜੀ, ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਜਿੱਤ ਨੂੰ ਜਿਹੜੀ ਕਾਂਗਰਸ ਨੇ ਤਿੰਨੋਂ ਨਗਰ ਨਿਗਮ ਅਤੇ ਨਗਰ ਕੌਂਸਲਾਂ 'ਚ ਜਿੱਤ ਹਾਸਿਲ ਕੀਤੀ? ਦੇਖੋ, ਇਹ ਜਿੱਤ ਨਹੀਂ ਹੈਗੀ ਜੀ, ਇਹ ਤਾਂ ਕਬਜ਼ਾ ਜੀ, ਜਿੱਤ ਦਾ ਤਾਂ ਨਾਮ ਦੇ ਰਹੇ ਹਾਂ, ਕਿਤੇ ਇਲੈਕਸ਼ਨ ਹੋਈ ਹੀ ਨਹੀਂ ਜੀ, ਸਾਰੀ ਜਗ੍ਹਾ ਦੇ ਬੂਥਾਂ 'ਤੇ ਕਬਜ਼ੇ ਕਰ ਲਏ ਹੈਂਜੀ ਜੀ। ਪਹਿਲਾਂ ਤਾਂ ਕੈਂਡੀਡੇਟਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇ ਸਾਡਿਆਂ ਨੂੰ ਜੀ, ਜਿੱਥੇ ਕਿਤੇ ਕਾਗਜ਼ ਭਰਨ ਦੇ ਦਿੱਤੇ, ਬਾਅਦ 'ਚ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ। ਅਤੇ ਜਦੋਂ ਇਲੈਕਸ਼ਨ ਸੀਗੀ ਉਸ ਦਿਨ, ਤੁਸੀਂ ਪਟਿਆਲੇ 'ਚ ਦੇਖ ਲਓ, ਕਿਤੇ ਹੋ ਸਕਦਾ ਵੀ 60 ਦੀਆਂ 60 ਸੀਟਾਂ ਹੀ ਕਾਂਗਰਸ ਜਿੱਤ ਜੇ ਹੈ ਜੀ। ਪੂਰੇ ਪੰਜਾਬ ਦੇ ਅੰਦਰ ਕਿਤੇ ਝੂਠਾ ਇੱਕ ਕਾਂਗਰਸੀ ਦਾ ਪਰਚਾ ਰੱਦ ਕਰ ਦਿੰਦੇ ਜੀ।
ਅਕਾਲੀ ਦਲ ਔਰ ਬੀਜੇਪੀ ਦੇ ਸਾਡੇ ਜਿਹੜੇ ਕੈਂਡੀਡੇਟ ਸੀ ਉਹਨਾਂ ਦੇ ਪਰਚੇ ਰੱਦ ਕੀਤੇ ਗਏ, ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਜਿੰਨੀ ਦੇਰ ਇਲੈਕਸ਼ਨ ਪ੍ਰੋਸੈਸ ਚੱਲਦਾ ਰਿਹਾ। ਔਰ ਉਸ ਤੋਂ ਬਾਅਦ ਪੋਲਿੰਗ ਵਾਲੇ ਦਿਨ ਪਟਿਆਲਾ ਕਹਿ ਲਓ, ਘਨੌਰ ਕਹਿ ਲਓ, ਮੁੱਲਾਂਪੁਰ ਕਹਿ ਲਓ, ਜਿੰਨੀਆਂ ਵੀ 29 ਨਗਰ ਕੌਂਸਲਾਂ ਸੀਗੀਆਂ ਸਾਰਿਆਂ ਦੇ ਵਿੱਚ ਇਹਨਾਂ ਨੇ ਉੱਥੇ ਡਰਾ ਧਮਕਾ ਕੇ ਜਿਹੜੇ ਆ ਉੱਥੋਂ ਕੈਂਡੀਡੇਟਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਬਹੁਤ ਵੱਡੇ ਪੱਧਰ 'ਤੇ ਘਪਲਾ ਹੋਇਆ, ਲੋਕਤੰਤਰ ਦਾ ਕਾਣ ਹੋਇਆ, ਜਿੱਤ ਜੁੱਤ ਨਹੀਂ ਹੈਗੀ, ਇਹ ਤਾਂ ਕਬਜ਼ਾ ਹੈ ਜੋ ਮਰਜ਼ੀ ਕਹੀ ਜਾਂਦਾ। ਇਹ ਮੈਂ ਤੁਹਾਡੀ ਇਸ ਗੱਲ ਨੂੰ ਬਤਾਉਣਾ, ਅਮਰਜੀਤ ਜੀ, ਇਹ ਜਿਹੜਾ ਕਿ ਕਾਂਗਰਸ ਨੂੰ ਬੜੀ ਜ਼ਿਆਦਾ ਇਸ ਚੀਜ਼ ਦਾ ਜਿੱਤ ਦੀ ਤਾਂ ਖੁਮਾਰੀ ਚੜ੍ਹੀ ਹੋਈ ਹੈ, ਲੇਕਿਨ ਬੀਜੇਪੀ ਕਹਿ ਰਹੀ ਹੈ ਔਰ ਅਕਾਲੀ ਦਲ ਵੀ ਕਹਿ ਰਿਹਾ ਕਿ ਤੁਸੀਂ ਇਸ ਚੋਣਾਂ ਦੇ ਵਿੱਚ ਲੋਕਤੰਤਰ ਦੀ ਹੱਤਿਆ ਕੀਤੀ ਹੈ, ਕਈ ਬੂਥਾਂ 'ਤੇ ਤੁਹਾਡੇ ਅਕਾਲੀਆਂ ਨੂੰ ਵੋਟ ਨਹੀਂ ਪਾਉਣ ਦਿੱਤੀ, ਕਈਆਂ ਦੇ ਪਰਚੇ ਪਾੜਤੇ, ਇਹ ਮਤਲਬ ਬਹੁਤ ਹੀ ਜ਼ਿਆਦਾ ਇਸ ਵਾਰੀ ਧੱਕਾ ਬਹੁਤ ਹੋਇਆ, ਇਹਦੇ ਬਾਰੇ ਤੁਹਾਡਾ ਕੀ ਕਹਿਣਾ, ਕੀ ਵਾਕਈ ਧੱਕਾ ਹੋਇਆ? ਸਰ, ਐਕਚੁਅਲ ਹਾਰ ਤੋਂ ਬਾਅਦ ਹੋਰ ਕੋਈ ਵਰਡ ਰਹਿੰਦਾ ਵੀ ਨਹੀਂ ਕਿਸੇ ਕੋਲ ਕੁਛ ਜੀ, ਕਿਉਂਕਿ ਜਦੋਂ ਕੋਈ ਪਾਰਟੀ ਹਾਰ ਜਾਂਦੀ ਆ ਔਰ ਇੰਨੀ ਬੁਰੀ ਤਰ੍ਹਾਂ ਹਾਰਦੀ ਆ ਤਾਂ ਉਹ ਆਪਣੇ ਆਪ ਨੂੰ ਆਪਣੀ ਸ਼ਰਮ ਨੂੰ ਲੁਕਾਉਣ ਖਾਤਰ ਮਤਲਬ ਉਹ ਇਹੋ ਜਿਹੀਆਂ ਗੱਲਾਂ ਹੀ ਕਰ ਸਕਦੀ, ਹੋਰ ਤਾਂ ਮੈਨੂੰ ਲੱਗਦਾ ਕੋਈ ਗੱਲ ਨਹੀਂ। ਫਿਰੋਜ਼ਪੁਰ 'ਚ ਦੇਖੋ ਨਾ, ਉੱਥੇ ਮਾਮਲਾ ਆਇਆ ਕਿ ਉੱਥੇ ਅਕਾਲੀਆਂ ਨੂੰ ਪਰਚੇ ਨਹੀਂ ਭਰਨ ਦਿੱਤਾ ਗਿਆ ਔਰ ਸੁਖਬੀਰ ਜੀ ਨੂੰ ਸਾਰੇ ਪੰਜਾਬ 'ਚ ਧਰਨੇ ਲਵਾਉਣੇ ਪੈ ਗਏ। ਧਰਨਿਆਂ ਦੀ ਗੱਲ ਤੋਂ ਤੁਸੀਂ ਇਹ ਦੇਖੋ ਵੀ ਇਹ ਸਰਕਾਰ ਨੇ ਜਦੋਂ 10 ਸਾਲ ਦੀ ਸਰਕਾਰ ਰਹੀ ਹੈ, ਇਹ 10 ਸਾਲ ਜੀ, ਉਦੋਂ ਤਾਂ ਇਹਨਾਂ ਨੇ ਪਬਲਿਕ ਨੂੰ ਪਰੇਸ਼ਾਨ ਕੀਤਾ ਹੀ ਕੀਤਾ ਜੀ, ਠੀਕ ਹੈ ਨਾ, ਕੰਮਾਂ ਕਾਰਾਂ ਵੱਲੋਂ ਵੀ ਪਲੱਸ ਨਸ਼ਿਆਂ ਵੱਲੋਂ ਵੀ ਔਰ ਪਲੱਸ ਜਿੰਨੀ ਉਦੋਂ ਕ੍ਰਾਈਮ ਵਧਿਆ ਇਹਨਾਂ ਦੇ ਟਾਈਮ ਦੇ ਵਿੱਚ ਅਤੇ ਜਿੰਨਾ ਨੁਕਸਾਨ ਪੰਜਾਬ ਦਾ ਹੋਇਆ ਉਹ ਤਾਂ ਹੋਇਆ ਹੀ ਹੈ ਜਦੋਂ ਇਹਨਾਂ ਦਾ ਰਾਜ ਸੀਗਾ ਜੀ। ਬਟ ਇਹ ਧਰਨੇ 'ਤੇ ਤੁਸੀਂ ਆ ਕੇ ਦੇਖੋ ਵੀ ਧਰਨੇ ਤੋਂ ਬਾਅਦ ਜਿੱਦਣ ਇਹਨੇ ਧਰਨਾ ਦਿੱਤਾ ਉੱਦਣ ਕਿੰਨਾ ਵੱਡਾ ਨੁਕਸਾਨ ਹੋਇਆ, ਕਿਉਂਕਿ ਕਈ ਐਂਬੂਲੈਂਸ ਆਪਾਂ ਦੇਖੋ ਅਖਬਾਰ 'ਚ ਪੜ੍ਹਿਆ ਸਾਰਾ, ਕਿੰਨੀਆਂ ਐਂਬੂਲੈਂਸ ਜਿਹੜੀਆਂ ਰੋਕੀਆਂ ਗਈਆਂ ਜਿਹਨਾਂ ਨੂੰ ਲੰਘਣ ਨਹੀਂ ਦਿੱਤਾ ਗਿਆ ਔਰ ਕਈ ਬੰਦਿਆਂ ਦੀਆਂ ਜਾਨਾਂ ਚਲੀਆਂ ਗਈਆਂ ਉਹਨਾਂ ਦੇ ਵਿੱਚ ਅਤੇ ਉਹਦਾ ਜ਼ਿੰਮੇਵਾਰ ਕੌਣ ਆ ਜੀ? ਮਤਲਬ ਇਹਨਾਂ ਨੇ ਬਿਲਕੁਲ ਪਬਲਿਕ ਬਾਰੇ ਸੋਚਿਆ ਹੀ ਨਹੀਂ। ਅਗਰ ਇਹ ਆਪਣੇ ਆਪ ਨੂੰ ਜਿਹੜੀ ਸਰਕਾਰ ਆ ਪਬਲਿਕ ਹਿਤੈਸ਼ੀ ਸਮਝਦੀ ਆ, ਵੀ ਇਹ ਕਹਿੰਦੇ ਵੀ ਅਸੀਂ ਪਬਲਿਕ ਦੇ ਹੱਕ 'ਚ ਅਸੀਂ ਰਹਿੰਦੇ ਹਾਂ ਜੀ, ਬਟ ਉਹ ਮਤਲਬ ਕਿੱਥੇ ਕਿੱਥੇ ਚਲਾ ਗਿਆ ਸੀ ਉਦੋਂ ਉਹ ਪਬਲਿਕ ਦਾ ਪਿਆਰ ਜਿਹੜਾ ਇਹਨਾਂ ਨਾਲ ਸੀਗਾ ਜੀ। ਮਤਲਬ ਇਹਨਾਂ ਨੇ ਜਿਹੜੇ ਬੱਚਿਆਂ ਦੇ ਇਗਜ਼ਾਮ ਰਹਿ ਗਏ, ਜਿਹੜੇ ਬੱਚੇ ਵਿਚਾਰੇ ਪੇਪਰ ਨਹੀਂ ਦੇ ਸਕੇ ਉਹਨਾਂ ਦੇ ਸਾਲ ਖਰਾਬ ਹੋ ਗਏ ਜੀ, ਠੀਕ ਹੈ ਜੀ, ਕਿੰਨੀਆਂ ਮੌਤਾਂ ਸੀ ਉਹਨਾਂ ਦੀ ਗਿਣਤੀ ਨਹੀਂ ਹੈਗੀ, ਅਤੇ ਪਲੱਸ ਜਿਹੜੇ ਈਵਨ ਕਿ ਜਿਹਨਾਂ ਦਾ ਮੈਰਿਜ ਸੀਗੀ, ਕਿਉਂਕਿ ਹਰ ਬੰਦੇ ਨੇ ਅੱਜ ਕੱਲ੍ਹ ਦੇਖੋ ਜੀ ਧਰਮ ਨੂੰ ਮੰਨਦੇ ਆਪਣੇ ਲੋਕ ਸਾਰੇ, ਔਰ ਹਰੇਕ ਬੰਦੇ ਨੇ ਇੱਕ ਮੂਰਤ ਕਢਾਇਆ ਹੁੰਦਾ ਵੀ ਮੈਂ ਜਿਹੜਾ ਇਹ ਮੈਰਿਜ ਆ ਵੀ ਇੰਨੇ ਵਜੇ ਤੱਕ ਮੇਰੇ ਲਾਵਾਂ ਫੇਰੇ ਆਨੰਦ ਕਾਰਜ ਹੋਣੇ ਚਾਹੀਦੇ ਆ ਜੀ। ਬਟ ਉਹ ਬੰਦਿਆਂ ਨੂੰ ਵਿਚਾਰਿਆਂ ਨੂੰ 8-8 ਕਿਲੋਮੀਟਰ ਤੁਰ ਕੇ ਜਾਣਾ ਪਿਆ, ਅਤੇ ਉਹਨਾਂ ਦੇ ਜੇ ਟਾਈਮ ਮੈਰਿਜ 11 ਵਜੇ ਹੋਣੀ ਸੀ ਤਾਂ ਉਹਨਾਂ ਦੀ ਸ਼ਾਮ ਨੂੰ 6 ਵਜੇ ਹੋਈ ਜਾ ਕੇ ਮੈਰਿਜ ਜੀ, ਅਤੇ ਉਹ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਸ ਹਿਸਾਬ ਨਾਲ ਇਹ ਆਪਣੇ ਆਪ ਨੂੰ ਲੋਕਾਂ ਦੀ ਸਰਕਾਰ ਕਹਿੰਦੇ ਆ। ਨਹੀਂ ਅਤੇ ਇਹ ਕਹਿੰਦੇ ਜੀ ਤੁਸੀਂ ਵੀ ਪਹਿਲਾਂ ਧੱਕਾ ਕਰਦੇ ਰਹੇ ਹੋ, ਅਤੇ ਫਿਰ ਤੁਹਾਡੇ ਤੇ ਉਹਨਾਂ 'ਚ ਫਰਕ ਕੀ ਰਹਿ ਗਿਆ? ਨਹੀਂ ਧੱਕਾ ਤਾਂ ਫਿਰ ਕੁਛ ਸਾਬਤ ਕਰਨਾ ਵੀ ਕੀ ਕੀਤਾ ਧੱਕਾ, ਕਿਸ ਚੀਜ਼ ਦਾ ਧੱਕਾ, ਮਤਲਬ ਕੀ ਕਹਿ ਰਹੇ ਵੀ ਧੱਕਾ ਕਿਹੜੀ ਚੀਜ਼ ਦਾ ਧੱਕਾ ਹੋਇਆ? ਉਹ ਤਾਂ ਸਾਰੀਆਂ ਗੁਪਤਾ ਜੀ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਧਰਨਾ ਵੀ ਲਾਇਆ ਗਿਆ ਔਰ ਜਿਸ ਤਰ੍ਹਾਂ ਆਪਣਾ ਇਲੈਕਸ਼ਨਾਂ ਦੇ ਵਿੱਚ ਵੋਟਾਂ ਨਹੀਂ ਪਵਾਉਣ ਦਿੱਤੀਆਂ ਗਈਆਂ, ਉਸ ਨੂੰ ਲੈ ਕੇ ਹੁਣ ਬੀਜੇਪੀ ਅਗਲਾ ਕੀ ਸਟੈਂਡ ਲੈਣ ਜਾ ਰਹੀ ਹੈ? ਦੇਖੋ, ਮੈਂ ਇੱਕ ਪਹਿਲੀ ਗੱਲ ਦਾ ਇਹਨਾਂ ਦਾ ਮੈਂ ਜਵਾਬ ਦੇਣਾ ਰਹਿ ਗਿਆ ਸੀਗਾ। ਇੱਕ ਇਹਨਾਂ ਨੇ ਗੱਲ ਕੀਤੀ ਕਿ ਕਾਂਗਰਸ ਨੂੰ ਭਾਰੀ ਜਿੱਤ ਮਿਲੀ ਆ ਪੰਜਾਬ 'ਚ ਜੀ, ਇਹ ਕਹਿੰਦੇ ਨੇ ਡਿਵੈਲਪਮੈਂਟ ਕੀਤੀ ਹੈ 9 ਮਹੀਨੇ 'ਚ, ਇਹ ਕਹਿੰਦੇ ਨੇ ਨਸ਼ਿਆਂ ਨੂੰ ਨੱਥ ਪੈ ਗਈ, ਇਹ ਕਹਿੰਦੇ ਨੇ ਰੇਤਾ ਜੀ ਇਸ਼ੂ ਸੀਗਾ ਜੀ, ਇਹ ਸਾਰੀਆਂ ਚੀਜ਼ਾਂ ਪ੍ਰਮਾਣਿਤ ਹੈ ਜੀ, ਤੁਸੀਂ ਵੀ ਜਾਣਦੇ ਹੋ, ਪੰਜਾਬ ਦੀ ਜਨਤਾ ਵੀ ਜਾਣਦੀ ਹੈ ਕਿ ਰੇਤਾ ਅੱਜ ਜੋ ਸਾਡੀ ਗੌਰਮੈਂਟ ਦੇ ਟਾਈਮ ਰੇਟ ਸੀ ਉਹਨਾਂ ਨੂੰ ਦੁੱਗਣਾ ਤਿੱਗਣਾ ਰੇਟ ਆ। ਬਿਲਕੁਲ ਸਹੀ ਗੱਲ, ਠੀਕ ਹੈ। ਔਰ ਦੂਸਰੀ ਜਿਹੜੀ ਮੈਂ ਕਹਿੰਦਾ ਵੀ ਨਸ਼ਾ ਇਹ ਜੇ ਕਹਿੰਦੇ ਆ ਵੀ ਘੱਟ ਗਿਆ, ਇਹਨਾਂ ਨੇ ਰੌਲਾ ਪਾਇਆ ਪੰਜਾਬ, ਮੈਂ ਇਹ ਨਹੀਂ ਕਹਿੰਦਾ ਵੀ ਪੰਜਾਬ 'ਚ ਕਿਤੇ ਨਸ਼ਾ ਨਹੀਂ ਹੁੰਦਾ, ਪੰਜਾਬ 'ਚ ਨਸ਼ਾ ਵਿਕਦਾ ਵੀ ਹੈ, ਨਸ਼ੇ ਹੀ ਸਾਡੇ ਨੌਜਵਾਨ ਨਸ਼ਾ ਕਰਦੇ ਵੀ ਹੈ, ਸਾਡੇ ਵਾਸਤੇ ਬੜੀ ਮੰਦਭਾਗੀ ਗੱਲ ਹੈ ਜੀ, ਪਰ ਉਹਨੂੰ ਰੋਕ ਕੇ ਉਹਦੇ 'ਤੇ ਕੋਈ ਉਚੇਚਾ ਕਦਮ ਪੰਜਾਬ ਦੇ ਨਸ਼ੇ ਨੂੰ ਰੋਕਣ ਵਾਸਤੇ ਕੀਤਾ ਗਿਆ, ਜਾਂ ਪੰਜਾਬ ਦੇ ਨੌਜਵਾਨ ਅੱਜ ਉਹ ਨਸ਼ਾ ਛੱਡ ਕੇ ਚੰਗੇ ਕੰਮਾਂ ਵੱਲ ਲੱਗ ਗਏ, ਐਸਾ ਕੋਈ ਪ੍ਰਯਾਸ ਇੱਕ ਤਾਂ ਗਿਣਾ ਦਿਓ, ਇੱਕ ਵੀ ਨਹੀਂ ਗਿਣਾਇਆ।
ਜਿਹੜੀ ਡਿਵੈਲਪਮੈਂਟ ਦੀ ਗੱਲ ਕਰਦੇ ਨੇ 9 ਮਹੀਨੇ 'ਚ ਕਿਤੇ ਇੱਟ ਲੱਗੀ ਕਹਿ ਦਿੰਦੇ ਨੇ ਵੀ ਅਸੀਂ ਆ ਫਲਾਣੀ ਜਗ੍ਹਾ ਰੋਡ ਬਣਾਤੀ, ਫਲਾਣੀ ਜਗ੍ਹਾ ਇੱਟ ਲਾਤੀ। ਮੈਂ 10 ਸਾਲ ਦਾ ਸਾਡਾ ਜਿਹੜਾ ਕੀਤਾ ਹੋਇਆ ਸਰਕਾਰ ਸਾਡੀ ਦਾ ਕੀਤਾ ਹੋਇਆ ਵਿਕਾਸ ਆ, ਉਹ ਮੂੰਹ ਬੋਲਦਾ। ਅੱਜ ਰੋਡਸ 4 ਲੇਨ 6 ਲੇਨਸ, ਵੱਡੇ ਵੱਡੇ ਪੁੱਲ, ਛੋਟੀਆਂ ਵੱਡੀਆਂ ਗਲੀਆਂ, ਸੀਵਰੇਜ, ਪਾਣੀ, ਪਿੰਡਾਂ ਦਾ ਵਿਕਾਸ, ਉਹ ਮੂੰਹੋਂ ਬੋਲਦਾ। ਉਹ ਸਾਨੂੰ ਤਾਂ ਕਹਿਣ ਦੀ ਜ਼ਰੂਰਤ ਨਹੀਂ, ਲੋਕ ਕਹਿੰਦੇ ਨੇ। ਠੀਕ ਹੈ, ਇੱਕ ਕਮੀ ਅਸੀਂ ਉਹਨੂੰ 10 ਸਾਲ ਦੇ ਵਿੱਚ ਜਿਹੜਾ ਵਿਕਾਸ ਕੀਤਾ ਕਿਤੇ ਨਾ ਕਿਤੇ ਸਾਨੂੰ ਪ੍ਰੋਜੈਕਟ ਕਰਨ 'ਚ ਮੈਂ ਸਮਝਦਾ ਵੀ ਕਮੀ ਰਹੀ ਹੋਊਗੀ ਲੋਕਾਂ ਦੇ, ਅਸੀਂ ਜੋ ਲੋਕਾਂ ਨੇ ਵਿਧਾਨ ਸਭਾ 'ਚ ਕੀਤਾ ਸੀ ਉਹਦਾ ਸਮਰਥਨ ਕਰ। ਮੈਂ ਇੱਕ ਗੱਲ ਇਹਨਾਂ ਦੀ ਰੋਕਿਆ ਜੀ, ਅਮਰਜੀਤ ਜੀ ਜਿਵੇਂ ਕਿ ਗੁਪਤਾ ਸਾਹਿਬ ਵੀ ਕਹਿ ਰਹੇ ਨੇ ਔਰ ਬੀਜੇਪੀ ਕੀ ਆਮ ਲੋਕ ਵੀ ਹੁਣ ਕਹਿਣ ਲੱਗ ਪਏ ਕਿ 9 ਮਹੀਨੇ ਦੀ ਸਰਕਾਰ ਹੋਊਗੀ, ਲੇਕਿਨ ਹਜੇ ਤੱਕ ਕੋਈ ਉਪਲਬਧੀ ਨਹੀਂ ਹੈ ਸਰਕਾਰ ਦੀ। ਕਿਸਾਨਾਂ ਨਾਲ ਵਾਅਦੇ ਕੀਤੇ, ਜਿਵੇਂ ਤੁਸੀਂ ਦੱਸਿਆ ਕਿ 2 ਲੱਖ ਰੁਪਏ ਉਹਨਾਂ ਨੇ ਕਿਹਾ ਸੀ ਤੁਹਾਡੇ ਮਾਫ਼ ਕਰ ਦਾਂਗੇ ਫਸਲਾਂ ਦੇ ਜਿਹੜੇ ਵੀ ਕਰਜ਼ੇ ਹੈ, ਉਸ ਤੋਂ ਇਲਾਵਾ ਸੜਕਾਂ ਦੀ ਡਿਵੈਲਪਮੈਂਟ ਲੈ ਲਓ ਜਾਂ ਤੁਹਾਡੇ ਹੋਰ ਲੋਕਾਂ ਨੂੰ ਫੈਸਿਲਿਟੀਆਂ ਦੇ ਮੋਬਾਈਲ ਵੰਡਣ ਦੀ ਗੱਲ ਕੀਤੀ ਸੀ, ਉਹ ਵੀ ਕੈਪਟਨ ਸਰਕਾਰ ਨੇ ਹਜੇ ਕੁਛ ਨਹੀਂ ਕੀਤਾ। ਮਤਲਬ ਗਰਾਊਂਡ 'ਤੇ ਕੁਛ ਨਹੀਂ ਨਜ਼ਰ ਨਹੀਂ ਆ ਰਿਹਾ, 9 ਮਹੀਨੇ ਬੀਤ ਜਾ ਰਹੇ ਆ। ਤੁਸੀਂ ਕਹਿੰਦੇ ਹੋ ਕਿ ਡਿਵੈਲਪਮੈਂਟ ਬੜੀ ਹੋਈ, ਆਹ ਜਿਹੜੇ ਚੋਣਾਂ ਹੋਈਆਂ ਕਿਤੇ ਵੀ ਅਸੀਂ ਆਪਣੀ ਤੁਸੀਂ ਉਪਲਬਧੀਆਂ ਤੋਂ ਜਿੱਤੇ ਹੋ, ਕਿਤੇ ਨਾ ਕਿਤੇ ਲੱਗਦਾ ਕਿ ਤੁਹਾਨੂੰ ਹਜੇ ਸਰਕਾਰ ਢਿੱਲੀ ਚੱਲ ਰਹੀ ਹੈ। ਸਰ ਢਿੱਲੀ ਨਹੀਂ ਚੱਲ ਰਹੀ ਜੀ, ਟਾਈਮ ਪੀਰੀਅਡ ਹਾਲੇ ਬੜਾ ਸ਼ੋਰਟ ਹੋਇਆ ਜੀ, ਔਰ ਬੜੇ ਸ਼ੋਰਟ ਟਰਮ ਦੇ ਵਿੱਚ ਹੀ ਮੈਂ ਉਹ ਦੇਖ, ਤੁਸੀਂ ਇੱਕ ਦੇਖੋ ਵੀ ਸਾਰਿਆਂ ਨਾਲੋਂ ਵੱਡਾ ਵੀ ਇੱਕ ਪੰਜਾਬ ਦਾ ਮਾਹੌਲ ਕਿੰਨਾ ਫਰਕ ਪੈ ਗਿਆ ਜੀ। ਤੁਸੀਂ ਨੋਰਮਲੀ ਇਹ ਚੀਜ਼ ਨੋਟ ਕਰੋ, ਜੋ ਅੱਜ ਤੋਂ 9 ਮਹੀਨੇ ਪਹਿਲਾਂ ਜੋ ਪਿਛਲੀ ਸਰਕਾਰ ਦੇ ਜੋ ਮਾਹੌਲ ਸੀਗਾ ਜੀ, ਲੋਕਾਂ 'ਚ ਜਿੰਨੀ ਦਹਿਸ਼ਤ ਸੀਗੀ ਗੁੰਡਾਗਰਦੀ ਦੀ, ਜੋ ਕੁਛ ਹੋ ਰਿਹਾ ਸੀ ਕ੍ਰਾਈਮ, ਸਰ ਉਹ ਚੀਜ਼ ਜਿਹੜੀ ਆ ਘਟੀ ਆ ਔਰ ਉਸੇ ਚੀਜ਼ ਨੂੰ ਨੱਥ ਪਾ ਰਹੇ ਆ ਹੁਣ। ਠੀਕ ਹੈ ਨਾ, ਦੇਖੋ ਹਰ ਚੀਜ਼ ਨੂੰ, ਕਿਸੇ ਵੀ ਬਿਮਾਰੀ ਦਾ ਇਲਾਜ ਜਿਹੜਾ ਉਹ 1 ਮਿੰਟ ਦੇ ਅੰਦਰ ਨਹੀਂ ਹੁੰਦਾ ਕਦੇ ਵੀ ਜੀ, ਕਦੇ ਵੀ ਡਾਕਟਰ ਦੇ ਕੋਲ ਆਪਾਂ ਜਾਂਦੇ ਹਾਂ ਕੋਈ ਮੈਡੀਸਨ ਦਿੰਦਾ ਤਾਂ ਉਹ 2-4 ਦਿਨ ਨੂੰ ਕਹਿੰਦਾ ਵੀ ਇਸ ਚੀਜ਼ ਨੂੰ ਲੱਗਣ ਗਏ ਜੀ ਠੀਕ ਹੋਣ ਲੱਗਿਆ, ਬਟ ਉਸ ਚੀਜ਼ ਨੂੰ ਜੜੋਂ ਕੱਢਣ ਲਈ ਕੋਸ਼ਿਸ਼ਾਂ ਸ਼ੁਰੂ ਹੋ ਚੁੱਕੀਆਂ ਹੋਈਆਂ, ਪੁਲਿਸ ਨੂੰ ਇੰਸਟਰਕਸ਼ਨਸ ਹੋ ਗਈਆਂ ਹੋਈਆਂ, ਠੀਕ ਹੈ ਨਾ, ਹਰ ਡਿਪਾਰਟਮੈਂਟ ਨੂੰ ਇੰਸਟਰਕਸ਼ਨਸ ਹੋ ਗਈਆਂ ਹੋਈਆਂ ਵੀ ਤੁਸੀਂ ਰੇਡ ਕਰਨ ਲਈ, ਮਤਲਬ ਕਿਤੇ ਵੀ ਤੁਹਾਨੂੰ ਨਸ਼ਾ ਈਜ਼ੀਲੀ ਅਵੇਲੇਬਲ ਨਹੀਂ ਕਿਤੇ ਨਜ਼ਰ ਆ ਰਿਹਾ ਤੁਹਾਨੂੰ ਜੀ, ਜਿਵੇਂ ਕਿ ਅੱਗੇ ਹਰ ਗਲੀ ਦੇ ਵਿੱਚ ਤੁਹਾਨੂੰ ਨਜ਼ਰ ਆਉਂਦਾ ਸੀਗਾ ਵੀ ਮਤਲਬ ਨਸ਼ਾ ਆਮ ਵਿਖ ਰਿਹਾ ਜੀ, ਮਤਲਬ ਉਹ ਚੀਜ਼ ਹੁਣ ਤੁਹਾਨੂੰ ਨਜ਼ਰ ਨਹੀਂ ਆਊ ਜੀ, ਗੁੰਡਾਗਰਦੀ ਖਤਮ ਹੋ ਗਈ ਆ, ਡਿਵੈਲਪਮੈਂਟ ਜਿਹੜੀ ਸੜਕਾਂ ਦੀ ਗੱਲ ਤੁਸੀਂ ਕਰਦੇ ਹੋ ਨਹੀਂ, ਇਹ ਵੀ ਡਿਵੈਲਪਮੈਂਟ ਨਾ ਹੋਣ ਕਰਕੇ ਹੀ ਤੁਸੀਂ ਕਾਰਪੋਰੇਸ਼ਨ ਦੀ ਜਿਹੜੀ ਇਲੈਕਸ਼ਨ ਸੀ ਲੇਟ ਕਰਾਈ ਔਰ ਲੁਧਿਆਣਾ ਉਹਦੇ ਤੋਂ ਵਾਂਝਾ ਰੱਖਿਆ ਜੇ, ਉਹਨੂੰ ਵੀ 2 ਮਹੀਨੇ ਅੱਗੇ ਤੁਸੀਂ ਕਰਦੇ। ਸਰ ਦੇਖੋ ਜੇ ਇਹ ਚੀਜ਼ ਹੁੰਦੀ, ਯਾਨੀ ਇੱਕ ਗੱਲ ਤਾਂ ਮੰਨਦੇ ਆ ਵੀ ਨਸ਼ਾ ਮਿਲਦਾ ਤਾਂ ਹੈ ਪਰ ਔਖਾ ਮਿਲਦਾ, ਗੱਲ ਤਾਂ ਮੰਨਦੇ ਹੀ ਰਹੇ ਨੇ, ਔਖੇ ਦੀ ਗੱਲ ਨਹੀਂ ਆ, ਮਤਲਬ ਗੱਲ ਇਹ ਵੀ ਦੇਖੋ ਨਸ਼ਾ, ਮੈਂ ਤਾਂ ਤੁਹਾਨੂੰ ਇਹ ਗੱਲ ਕਰ ਰਿਹਾ ਵੀ ਜਿਹੜੀ ਚੀਜ਼ ਤੁਹਾਡੇ ਸ਼ਰਿਆਮ ਜਿਹੜੀ ਸੜਕਾਂ ਤੇ ਬਹਿ ਕੇ ਵਿਕਦੀ ਸੀ ਉਹ ਨਹੀਂ, ਅਸੀਂ ਬੰਦ ਕਰਵਾਤੀ ਹੋਈ ਆ ਉਹ, ਬਿਲਕੁਲ ਠੀਕ ਆ ਨਾ, ਨਸ਼ਾ ਮੁਕਤ ਅਸੀਂ ਕਰਵਾ ਰਹੇ ਹਾਂ, ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਜਿਹੜਾ ਮਾੜਾ ਮੋਟਾ ਵੀ 2-4% ਰਹਿ ਗਿਆ ਅਸੀਂ ਉਹਨੂੰ ਵੀ ਖਤਮ ਕਰਾਂਗੇ ਉਹਨੂੰ ਜੀ। ਚਲੋ ਚੰਗੀ ਗੱਲ ਹੈ, ਪੰਜਾਬ ਕੈਪਟਨ ਸਾਹਿਬ ਦਾ ਮੇਨ ਅਜੈਂਡਾ ਹੈ ਵੀ ਕਰ ਦਿਓ ਚੰਗੀ ਗੱਲ, ਇਸ ਗੱਲ ਤੇ ਨਿਗਰਾਨੀ ਵੀ ਆ, ਪੂਰੀਆਂ ਇੰਸਟਰਕਸ਼ਨਸ ਵੀ ਆ ਸਾਰੇ ਪੁਲਿਸ ਡਿਪਾਰਟਮੈਂਟ ਨੂੰ, ਹਰ ਡਿਪਾਰਟਮੈਂਟ ਨੂੰ, ਈਵਨ ਕਿ ਮਤਲਬ ਕਿਸੇ ਵੀ ਡਿਪਾਰਟਮੈਂਟ ਸਭ ਨੂੰ ਇੰਸਟਰਕਸ਼ਨ ਦਿੱਤੀਆਂ ਹੋਈਆਂ ਉਹਨਾਂ ਨੇ ਜੀ ਜੀ, ਮਤਲਬ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਊਗਾ, ਨਾ ਕਿਸੇ ਦੀ ਸਿਫਾਰਿਸ਼ ਆ ਇਹ 'ਤੇ ਚੱਲਦੀ ਆ, ਜਿਹੜਾ ਬੰਦਾ ਫੜੋ ਉਹਦਾ ਇਮੀਡੀਏਟ ਉੱਤੇ ਪਰਚਾ ਵੀ ਹੋ ਰਿਹਾ। ਇੱਕ ਗੱਲ ਹੋਰ ਆ ਰਹੀ ਜੀ ਕਿ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਕਿਹਾ ਸੀ ਆਮ ਜਨਤਾ ਨੂੰ ਸੁਵਿਧਾਵਾਂ ਦੇਵਾਂਗੇ, ਲੇਕਿਨ ਤੁਹਾਡੇ ਅੱਜ ਕਾਰਜਕਰਤਾ ਔਰ ਲੀਡਰ ਹੀ ਥੋੜੇ ਨਿਰਾਸ਼ ਲੱਗਦੇ, ਉਹਨਾਂ ਦੇ ਥਾਣਿਆਂ 'ਚ ਨਹੀਂ ਕੰਮ ਹੋ ਰਹੇ, ਆਮ ਪਬਲਿਕ ਕੋਈ ਗੱਲ ਹੁੰਦੀ ਸੁਣੀ ਨਹੀਂ ਜਾਂਦੀ, ਤੁਹਾਡੇ MLAs ਹੀ ਬੜੇ ਨਿਰਾਸ਼ ਨੇ, ਤੁਸੀਂ ਕਹਿੰਦੇ ਹੋ ਜਨਤਾ ਦੇ ਕੰਮ ਹੋ ਰਹੇ ਆ। ਸਰ ਨਿਰਾਸ਼ ਮੈਨੂੰ ਤਾਂ ਨਹੀਂ ਪਤਾ ਵੀ ਕਿੱਦਾਂ ਤੁਸੀਂ ਨਿਰਾਸ਼ ਕਿਵੇਂ ਬਣ ਰਹੇ ਹੋ, ਨਿਰਾਸ਼ ਇਸ ਤਰ੍ਹਾਂ ਕਹਿ ਰਹੇ ਕਿ ਜਿਹੜੇ ਆਮ ਪਬਲਿਕ ਦੇ ਹਿੱਤਾਂ ਨੂੰ ਲੈ ਕੇ ਜਿਹੜੇ ਲੋਕ ਧਰਨੇ ਲਾਉਂਦੇ ਜਾਂ ਉਹਨਾਂ ਦੀ ਕੋਈ ਸਮੱਸਿਆ ਥਾਣੇ ਨੂੰ ਲੈ ਕੇ ਆਏ ਸੀ, ਉਹ ਥਾਣੇ ਤੇ ਜੋ ਸੁਣਾਈ ਨਹੀਂ ਹੁੰਦੀ ਉਹਨਾਂ ਦੀ, ਇੱਕ ਚੀਜ਼ ਦਾ ਫਰਕ ਹੈਗਾ ਜੀ ਸਾਡੀ ਸਰਕਾਰ ਤੇ ਉਸ ਸਰਕਾਰ ਦੇ ਵਿੱਚ ਜੀ, ਜਦ ਇਹ ਗੱਲ ਆਮ ਬੰਦੇ ਨੂੰ ਸੁਣੀ ਜਾਂਦੀ, ਨਹੀਂ ਮੈਂ ਦੱਸਦਾ ਜੀ ਉਹ 'ਚ ਕੀ ਫਰਕ ਆ ਜੀ, ਜਿਹੜੀ ਉਹ ਸਰਕਾਰ ਸੀਗੀ ਪਹਿਲਾਂ ਗੱਠਜੋੜ ਵਾਲੀ ਜੀ, ਉਹਦੇ 'ਚ ਕੀ ਸੀਗਾ ਵੀ ਧੱਕੇਸ਼ਾਹੀ ਤੇ ਗੁੰਡਾਗਰਦੀ ਨੂੰ ਜਿਹੜਾ ਬੜਾਵਾ ਦਿੱਤਾ ਜਾਂਦਾ ਸੀਗਾ ਜੀ, ਵੀ ਜੇ ਕਿਸੇ ਨੂੰ ਨਜਾਇਜ਼ ਛਡਾਉਣਾ, ਕਿਸੇ ਨੂੰ ਫੜਾਉਣਾ, ਤਾਂ ਉਹਦੇ ਲਈ ਉਹ ਬਹੁਤ ਆਪਣਾ ਪੂਰਾ ਨਾਲ ਸੋਰਸ ਲਾਉਂਦੇ ਸੀਗੇ ਸਰਕਾਰ ਜੀ, ਬਟ ਜਿਹੜੀ ਹੁਣ ਸਾਡੀ ਸਰਕਾਰ ਆ ਉਹ ਉਸ ਚੀਜ਼ ਦੇ ਵਿੱਚ ਨਹੀਂ, ਹੱਕ 'ਚ ਨਹੀਂ ਹੈਗੀ ਵੀ ਜੇ ਕੋਈ ਕ੍ਰਾਈਮ ਕਰਦਾ ਬੰਦਾ ਉਹਨੂੰ ਛਡਾਇਆ ਜਾਵੇ ਜਾਂ ਉਸਨੂੰ ਬੜਾਵਾ ਦਿੱਤਾ ਜਾਵੇ, ਕੋਈ ਕਬਜ਼ੇ ਕਰਦਾ ਪ੍ਰੋਪਰਟੀਆਂ ਦੀ,
ਤੋ ਉਸ ਕਰਕੇ ਹੋ ਸਕਦਾ ਪਤਾ ਕਿਸੇ ਆਮ ਬੰਦੇ ਨੂੰ ਪ੍ਰੋਬਲਮ ਹੋਵੇ ਪਰ ਲੀਡਰ ਨੂੰ ਕੋਈ ਪ੍ਰੋਬਲਮ ਨਹੀਂ ਨਹੀਂ ਏਦਾਂ ਦੇ ਕਿਹਾ ਜਾਂਦਾ ਕਿ ਐਮਐਲਏ ਦੀ ਵੀ ਸੁਣਵਾਈ ਨਹੀਂ ਹੋ ਰਹੀ ਨਹੀਂ ਐਮਐਲਏ ਸੁਣਾਈ ਉਹ ਮੈਂ ਦੱਸਾਂ ਨਾ ਉਹ ਲੋਕ ਉਹੀ ਕਹਿੰਦੇ ਆ ਮੰਤਰੀ ਮੰਡਲ ਨਹੀਂ ਬਣਿਆ ਬੀਜੇਪੀ ਜਦੋਂ ਆਈ ਉਹਨਾਂ ਨੇ ਸਾਰੇ ਆਪਣੇ ਕੈਬਨਿਟ ਲਾਏ ਈਵਨ ਤੱਕ ਕਿ ਚੀਫ ਸੈਕਟਰੀ ਪਾਰਲੀਮੈਂਟ ਇਹਨਾਂ ਨੇ ਕਬਜ਼ਾ ਕਰਨ ਦੀ ਸ਼ੁਰੂਆਤ ਟਰੱਕ ਯੂਨੀਅਨਾਂ ਤੋਂ ਕੀਤੀ ਹੈ ਜਦੋਂ ਸਰਕਾਰ ਬਣੀ ਹੈ ਬਾਕੀ ਕਬਜ਼ੇ ਤਾਂ ਹੁਣ ਸ਼ੁਰੂ ਹੋ ਗਏ ਸਾਰੀ ਟਰਾਂਸਪੋਰਟ ਇਹਨਾਂ ਨੇ ਰੱਖੀ ਹਰ ਚੀਜ਼ ਤਾਂ ਇਹਨਾਂ ਨੇ ਕਬਜ਼ਾ ਰੱਖਿਆ ਕਾਰੋਬਾਰ ਤੇ ਔਰ ਕੇਬਲ ਤੇ ਇਹਨਾਂ ਦਾ ਕਬਜ਼ਾ ਸਭ ਚੀਜ਼ ਤੇ ਕਬਜ਼ਾ ਇਹਨਾਂ ਨੇ ਰੱਖਿਆ ਨਹੀਂ ਤੁਸੀਂ ਗੁਪਤਾ ਜੀ ਜਿਹੜੀ ਚੋਣਾਂ ਦੀ ਗੱਲ ਚੱਲ ਰਹੀ ਸੀ ਆਪਣੇ ਨਗਰ ਕੌਂਸਲ ਦੀ ਤਾਂ ਚਲੋ ਇਹਨਾਂ ਨੇ ਕਰਾ ਲਈਆਂ ਇਹ ਲੁਧਿਆਣੇ ਦੀ ਇਹਨਾਂ ਨੇ ਲੇਟ ਕਿਉਂ ਕਰਾਈਆਂ ਦੇਖੋ ਜੀ ਮੈਂ ਤੁਹਾਨੂੰ ਦੱਸਾਂ ਜੀ ਇਹਨਾਂ ਨੇ ਚੋਣ ਵੀ ਆਨਣ ਫਾਨਣ 'ਚ ਕਰਾਈ ਆ ਅੱਛਾ ਜੀ ਅੱਜ 18 ਤਰੀਕ ਹੈ ਔਰ ਰਿਜ਼ਲਟ ਆਏ ਨੇ ਗੁਜਰਾਤ ਦੇ ਔਰ ਹਿਮਾਚਲ ਦੇ ਜੀ ਔਰ ਇਹਨਾਂ ਨੂੰ ਵੀ ਪਤਾ ਸੀਗਾ ਵੀ ਅਸੀਂ ਉੱਥੇ ਹਾਰ ਰਹੇ ਹਾਂ ਜੀ ਔਰ ਇਹਨਾਂ ਨੇ ਆਨਣ ਫਾਨਣ 'ਚ 17 ਤਰੀਕ ਨੂੰ ਇਲੈਕਸ਼ਨ ਕਰਵਾ ਤੇ ਵੀ ਤਾਂ ਕਿ ਉਹਨਾਂ ਇਲੈਕਸ਼ਨਾਂ ਦਾ ਅਸਰ ਜਿਹੜਾ ਪੰਜਾਬ 'ਚ ਨਾ ਪਵੇ ਔਰ ਲੁਧਿਆਣੇ ਦੀ ਤਿਆਰੀ ਕੋਈ ਨਹੀਂ ਸੀ ਅਜੇ ਲੁਧਿਆਣੇ ਤੋਂ ਇਹਨਾਂ ਨੂੰ ਡਰ ਲੱਗ ਰਿਹਾ ਇਲੈਕਸ਼ਨ ਕਰਾਉਣ 'ਚ ਜੀ ਅਤੇ ਮੈਂ ਤਾਂ ਇਹ ਸਮਝਦਾ ਵੀ ਦੇਖੋ ਇਸ ਤਰ੍ਹਾਂ ਲੋਕਤੰਤਰ ਦੀ ਜਿਹੜੀ ਆਪਾਂ ਸਾਡਾ ਪਿੱਲਰ ਹੈ ਚੌਥਾ ਜੀ ਉਹਦਾ ਧਿਆਨ ਰੱਖਣਾ ਚਾਹੀਦਾ ਉਹਦੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਸਾਰੇ ਸਿਸਟਮ ਦੇ ਅੰਦਰ ਜੀ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਣੂਗਾ ਫੇਅਰ ਇਲੈਕਸ਼ਨ ਕਰਾਉ ਜੀ ਅਮਰਜੀਤ ਜੀ ਇੱਕ ਗੱਲ ਹੋਰ ਆ ਰਹੀ ਸੀ ਕਿ ਚਲੋ ਭਾਜਪਾ ਦਾਵਾ ਠੋਕ ਰਹੀ ਸੀ ਲੁਧਿਆਣੇ ਦੀ ਜਿਹੜੀ ਐਮ ਸੀ ਇਲੈਕਸ਼ਨ ਨੇ ਉਹ ਜਿੱਤ ਲਾਂਗੇ ਇੱਕ ਇਹ ਵੀ ਕਿਹਾ ਜਾ ਰਿਹਾ ਸੀ ਫੈਕਟਰੀ ਇਸ ਵਾਰੀ ਲੁਧਿਆਣੇ ਦੇ ਵਿੱਚ ਬੈਂਸ ਬ੍ਰਦਰਸ ਦਾ ਕੋਈ ਇੱਕ ਫੈਕਟਰ ਹੈਗਾ ਜਿਹੜਾ ਕਿ ਕਾਂਗਰਸ ਨੂੰ ਡਰਾ ਰਿਹਾ ਔਰ ਇਸੇ ਕਰਕੇ ਉਹਨੂੰ ਲੇਟ ਵੀ ਕੀਤਾ ਜਾ ਰਿਹਾ ਹੈ ਇੱਦਾਂ ਦੀ ਕੋਈ ਗੱਲ ਨਹੀਂ ਦੇਖੋ ਪਤਾ ਕੀ ਹੈ ਜੇ ਲੇਟ ਕਰਨਾ ਜੇ 1 month ਲੇਟ ਵੀ ਹੋ ਜਾਵੇ ਸਪੋਜ਼ ਕਰੋ ਜਿਵੇਂ ਹੁਣ ਜਨਵਰੀ 'ਚ ਹੋਣੇ ਆ ਆਪਣੇ ਇਲੈਕਸ਼ਨ ਜੀ ਠੀਕ ਹੈ ਨਾ ਅਤੇ ਮਤਲਬ ਉਹਦੇ ਨਾਲ ਫਿਰ ਬੈਂਸ ਬ੍ਰਦਰ ਨਾਲ ਕੀ ਫਰਕ ਪੈ ਜੂਗਾ ਜੀ ਉਸ ਚੀਜ਼ ਦਾ ਨਹੀਂ ਉਹ ਕਿਹਾ ਜਾ ਰਿਹਾ ਸੀਗਾ ਕਿ ਜਿਹੜੇ ਤੁਸੀਂ ਵਾਰਡ ਬੰਦੀ ਕੀਤੀ ਆ ਉਹ ਕੁਝ ਫੈਕਟਰਸ ਦੇ ਵਿੱਚ ਕਿਤੇ ਕਿਤੇ ਨਾ ਵਾਰਡ ਬੰਦੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਵਾਰਡ ਬੰਦੀ ਸਰ ਪਤਾ ਕੀ ਹੈ ਜੀ ਇਹ ਕੁਝ ਨਹੀਂ ਹੈ ਇਹ ਤਾਂ ਆਪੋਜੀਸ਼ਨ ਨੇ ਰੌਲਾ ਪਾਉਣਾ ਜੀ ਬੇਸਿਕਲੀ ਕੀ ਹੈ ਵੀ ਉਹ ਏਰੀਏ ਜਿਹੜੇ ਆ ਪੋਪੂਲੇਸ਼ਨ ਵਾਈਜ਼ ਡਿਵਾਈਡ ਕੀਤੇ ਗਏ ਆ ਜੀ ਉਹਦੇ ਸੀਗਾ ਵੀ ਕਿਸੇ ਏਰੀਏ ਦੇ ਵਿੱਚ ਪਹਿਲਾਂ ਆਲਰੇਡੀ  32,000 ਵੋਟ ਸੀਗੀ ਕਿਸੇ 'ਚ 12,000 ਸੀ ਕਿਸੇ 'ਚ 15,000 ਸੀ ਐਕਚੁਅਲ ਕੀ ਸੀਗਾ ਵੀ ਅਕਾਲੀ ਦਲ ਦੇ ਟਾਈਮ ਤੇ ਇਹਨਾਂ ਦੇ ਗੱਠਜੋੜ ਵੇਲੇ ਇਹਨਾਂ ਨੇ ਇਹਨਾਂ ਨੇ ਆਪਣੇ ਮੁਤਾਬਕ ਏਰੀਆ ਸੈੱਟ ਕਰਾਏ ਹੋਏ ਸੀਗੇ ਜੀ ਜਿੱਥੋਂ ਕਿ ਇਹਨਾਂ ਨੇ ਆਪਣੇ ਬੰਦੇ ਖੜੇ ਕਰਨੇ ਹੁੰਦੇ ਸੀ ਖਾਸ ਉਹਨਾਂ 'ਚ 8,000 ਵੋਟਾਂ ਵੀ ਸੀਗੀਆਂ ਜੀ ਕਿਸੇ 'ਚ 12,000 ਵੋਟ ਵੀ ਸੀਗੀ ਤੇ ਜਿੱਥੇ ਇਹਨਾਂ ਨੂੰ ਪਤਾ ਲੱਗਦਾ ਸੀ ਉਹਨਾਂ ਦੀ ਪਾਪੂਲੇਸ਼ਨ ਨੇ 32,000 ਵੋਟ ਸੀਗੀ ਜੀ ਉਹ ਸੋ ਉਹਨਾਂ ਨੇ ਜਿਹੜਾ ਕਾਂਗਰਸ ਸਰਕਾਰ ਨੇ ਕੀ ਉਹਨੂੰ ਸਾਰਿਆਂ ਨੂੰ ਇਕੁਅਲ ਕੀਤਾ ਓਕੇ ਮਤਲਬ ਇੱਕ ਤਕਰੀਬਨ 15,000 ਦੇ ਚੱਕਰ ਦੇ ਵਿੱਚ ਉਹਨੂੰ ਲਿਆਂਦਾ ਕਿਸੇ 'ਚ ਹੁਣ 15,000 ਕਿਸੇ 16,000 ਮਤਲਬ ਐਗਜੈਕਟਲੀ 15 ਨਹੀਂ ਬਟ ਕਿਸੇ 15, 16, 17 ਉਹਦੇ ਚੱਕਰ 'ਚ ਲਿਆਂਦਾ ਸਾਰਾ ਵਾਰਡ ਵਧਾਏ ਸੀਗੇ ਨਵੀਂ ਹੱਦਬੰਦੀ 10 ਸਾਲ ਪਹਿਲਾਂ ਕੀਤੀ ਸਾਡੀ ਸਰਕਾਰ ਨੇ ਜਦੋਂ ਏਰੀਆ ਵਧਿਆ ਸੀ ਹੁਣ ਤਾਂ ਕੋਈ ਏਰੀਆ ਨਹੀਂ ਵਧਿਆ ਇਹਨਾਂ ਨੇ ਆਪਣੇ ਹੁਣ ਇਹ ਜਿਹੜੀ ਗੱਲ ਕਹਿ ਰਹੇ ਨੇ ਉਹ ਇਹਨਾਂ ਤੇ ਲਾਗੂ ਹੁੰਦੀ ਹੈ ਇਹਨਾਂ ਨੇ ਆਪਣੇ ਸੈੱਟ ਕਰ ਲਿਆ ਪਰ ਅਸੀਂ ਜਿੱਦਾਂ ਵੀ ਇਹਨਾਂ ਨੇ ਕੀਤਾ ਕੋਈ ਗੱਲ ਨਹੀਂ ਸਹੀ ਕਰਨ ਠੀਕ ਹੈ ਨਾ ਉਹ ਜਲੰਧਰ ਦੇ ਵਿੱਚ ਅੰਮ੍ਰਿਤਸਰ 'ਚ ਪਟਿਆਲਾ 'ਚ ਲਿਸਟਾਂ ਨਹੀਂ ਲੱਗੀਆਂ ਜੀ ਬੂਥ ਵਾਰਡ ਕਿਤੇ ਦਾ ਬੂਥ ਕਿਤੇ ਲਾਇਆ ਵੋਟਰ ਲਿਸਟ ਲੱਭਦੀ ਨਹੀਂ ਹੈਗੀ 17 ਤਰੀਕ ਨੂੰ ਪੋਲਿੰਗ ਆ ਅਤੇ 16 ਤਰੀਕ ਤੱਕ ਤਾਂ ਲਿਸਟਾਂ ਦੇਈ ਜਾਂਦੇ ਨੇ ਜੀ ਜੀ ਸੋ ਇਹ ਮੈਂ ਮੇਰਾ ਇਹ ਮਤਲਬ ਹੈ ਵੀ ਜਿਹੜਾ ਮਰਜ਼ੀ ਏਰੀਆ ਰੱਖ ਲੈਣ ਕੋਈ ਰੌਲਾ ਨਹੀਂ ਹੈਗਾ ਸਾਡੀ ਸਾਡਾ ਕਾਰਿਆਕਰਤਾ ਸਾਡੀ ਲੀਡਰਸ਼ਿਪ ਹਰ ਵਾਰਡ 'ਚ ਬੈਠੀ ਜੀ ਸਵਾਲ ਇਹ ਹੈਗਾ ਵੀ ਘੱਟੋ ਘੱਟ ਸਿਸਟਮ ਤਾਂ ਠੀਕ ਹੋਵੇ ਵੋਟਰ ਲਿਸਟ ਠੀਕ ਆਵੇ ਵੋਟਾਂ ਠੀਕ ਆਉਣ ਲੋਕਤਾਂਤਰਿਕ ਢੰਗ ਨਾਲ ਇਲੈਕਸ਼ਨ ਹੋਵੇ ਸਹੀ ਪੇਪਰ ਫਾਈਲ ਕਰਾਏ ਜਾਣ ਪ੍ਰੈਸ਼ਰ ਨਾ ਬਣਾਇਆ ਜਾਵੇ ਪੁਲਿਸ ਇਲੈਕਸ਼ਨ ਨਾ ਲੜੇ ਇਲੈਕਸ਼ਨ ਕੈਂਡੀਡੇਟ ਲੜਨ ਜੀ ਪਾਰਟੀਆਂ ਲੜਨ
ਤੁਹਾਡੇ ਕਹਿੰਦੇ ਨਾਲ ਫੇਅਰ ਹੋਵੇ ਕੰਮ। ਦੇਖੋ ਇੱਕ ਵਿਜੇ ਜੀ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ, ਇਲੈਕਸ਼ਨ ਮੁੱਕ ਗਿਆ ਜੀ, ਨਵਾਂ ਕੋਈ ਹੋਊਗਾ ਉਹ ਵੀ ਲੋਕਲ ਬਾਡੀ ਦਾ ਇਲੈਕਸ਼ਨ ਮੁੱਕ ਜਾਣਾ ਜੀ। ਜੋ ਅਸੀਂ ਚੀਜ਼ ਮਹਿਸੂਸ ਕਰ ਰਹੇ ਹਾਂ ਪੰਜਾਬ ਦੇ ਅੰਦਰ ਜੀ, ਜੀ ਲੜਾਈਆਂ ਥੱਲੇ ਲੋਕਾਂ ਦੀਆਂ ਪੈ ਜਾਂਦੀਆਂ ਨੇ, ਪਾਰਟੀਆਂ ਇਲੈਕਸ਼ਨ ਲੜ ਕੇ ਚਲੇ ਜਾਂਦੀਆਂ, ਜਿਹੜੇ ਦੋ ਮਹੱਲਿਆਂ 'ਚ ਲੋਕ ਰਹਿੰਦੇ ਨੇ ਉਹਨਾਂ ਦੀਆਂ ਲੜਾਈਆਂ ਪੈ ਜਾਂਦੀਆਂ ਜੀ। ਕਾਰਨ ਕੀ ਆ ਕਿ ਜਿਹਦੇ ਨਾਲ ਵਧੀਕੀ ਹੋਈ ਆ ਉਹ ਮਨ 'ਚ ਗੱਠ ਮਾਰ ਕੇ ਬਹਿ ਜਾਂਦਾ ਜੀ, ਔਰ ਦੂਸਰੇ ਦੇ ਪ੍ਰਤੀ 5 ਸਾਲ ਨਹੀਂ ਨਿਕਲਦੀ ਉਹ। ਸੋ ਇਹ ਚੀਜ਼ਾਂ ਨੂੰ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ। ਇੰਨਾ ਸਰਕਾਰਾਂ ਬਣਾਉਣੀਆਂ ਜਾਂ ਸਥਾਨੀ ਸਰਕਾਰਾਂ ਬਣਾਉਣੀਆਂ ਮਹੱਤਵਪੂਰਨ ਨਹੀਂ, ਲੋਕਾਂ ਦੀਆਂ ਲੜਾਈਆਂ ਨਹੀਂ ਪੈਣੀਆਂ ਚਾਹੀਦੀਆਂ, ਸਾਨੂੰ ਇੱਥੇ ਤੱਕ ਪਹੁੰਚ ਗਿਆ ਜੀ ਹਾਲਾਤ ਪੰਜਾਬ ਦੇ, ਇੱਥੇ ਤੱਕ ਪਹੁੰਚੇ ਜੀ। ਗੁਪਤਾ ਜੀ ਇੱਕ ਗੱਲ ਹੋਰ ਤੁਹਾਡੇ ਤੋਂ ਵੀ ਪੁੱਛਣਾ ਚਾਹੁੰਦਾ, ਬੀਜੇਪੀ ਇੰਪੋਰਟੈਂਟ ਰੋਲ ਅਦਾ ਕਰ ਰਹੀ ਹੈ ਇੱਥੇ, ਇਹ ਜਿਹੜੀ ਟੀਮ ਇਨਸਾਫ ਦਾਅਵਾ ਕਰ ਰਹੀ ਹੈ, ਬਹਿਸ ਦਾ ਇੱਕ ਫੈਕਟਰ ਮੰਨਿਆ ਜਾ ਰਿਹਾ ਆਉਣ ਵਾਲੀ ਜਿਹੜੀ ਇੱਥੇ ਨਗਰ ਨਿਗਮ ਦੀ ਚੋਣਾਂ ਹੋਈਆਂ, ਤੁਸੀਂ ਕਿੰਨਾ ਮੰਨ ਰਹੇ ਹੋ ਕਿ ਬੈਂਸ ਬ੍ਰਦਰ ਕਿੰਨਾ ਕੁ ਇਫੈਕਟ ਕਰਨਗੇ? ਦੇਖੋ ਬੈਂਸ 2 ਵਿਧਾਨ ਸਭਾ ਚੋਣ ਹੈ MLA ਜਿੱਤਿਆ ਔਰ ਦੂਜੀ ਵਾਰੀ ਜਿੱਤ ਕੇ ਆਏ ਨੇ ਜੀ ਜੀ, ਔਰ ਮੈਂ ਸਮਝਦਾ ਕਿ ਉਹਨਾਂ ਦਾ ਉਹ ਲੋਕਾਂ ਦੇ ਵਿੱਚ ਵਿਚਰਨ ਵਾਲੇ ਨੇ, ਤਾਂ ਮੈਂ ਬੜਾ ਸੱਚਾ ਸੁਝਾਅ ਆਦਮੀ ਹਾਂ BJP ਦਾ ਹੋਣ ਕਰਕੇ ਮੈਂ ਉਹਨਾਂ ਦੀ ਗੱਲ, ਉਹਨਾਂ 2 ਵਾਰੀ ਜਿੱਤ ਕੇ ਆਏ ਨੇ ਜੀ, ਠੀਕ ਹੈ, ਅਤੇ ਉਹਨਾਂ ਦਾ ਪ੍ਰਭਾਵ ਰਹੇਗਾ ਲੁਧਿਆਣੇ ਦੀ ਇਲੈਕਸ਼ਨ ਦੇ ਉੱਪਰ ਜੀ। ਤੁਹਾਡਾ ਕਹਿਣ ਦਾ ਮਤਲਬ ਕਿ ਕਾਂਗਰਸ ਨੂੰ ਮੁਸ਼ਕਿਲ ਆਏਗੀ? ਦੇਖੋ ਕਾਂਗਰਸ ਨੂੰ ਜੇ ਫੇਰ ਕਰਾਵੇ ਤਾਂ ਫੇਰ ਤਾਂ ਉਹਨੇ ਬਣਨਾ ਹੀ ਕੁਛ ਨਹੀਂ ਜੀ, ਮੈਂ ਤਾਂ ਤੁਹਾਨੂੰ ਫੇਰ ਵੀ ਅੱਜ ਦਾਅਵੇ ਨਾਲ ਇਹ ਗੱਲ ਕਹਿ ਰਹੇ ਜੀ, ਅਗਰ ਉਹ ਸਹੀ ਢੰਗ ਨਾਲ ਲੋਕਤਾਂਤਰਿਕ ਢੰਗ ਨਾਲ ਚੋਣ ਕਰਾਏਗੀ ਜੀ, ਇੱਥੇ ਕਾਂਗਰਸ ਦਾ ਮੇਅਰ ਨਹੀਂ ਬਣਨਾ ਜੀ, ਠੀਕ ਹੈ, ਅਤੇ ਜੇ ਉੱਦਾਂ ਹੀ ਕਰਾਈਆਂ ਜਿੱਥੇ ਕੱਲ੍ਹ ਕਰਾਈਆਂ ਜਿੱਦਾਂ, ਅਤੇ ਉੱਦਾਂ ਹੀ ਹੋਣਾ, ਅਤੇ ਫਿਰ ਜੋ ਮਰਜ਼ੀ ਫਿਰ ਬਣ ਹੀ ਜਾਣਾ ਫਿਰ। ਇਹ ਸਰ ਤੁਹਾਡੇ 'ਤੇ ਫਿਰ ਆਰੋਪ ਲਗਾ ਰਹੇ BJP ਕਿ ਇਹ ਫੇਅਰ ਨਹੀਂ ਕਰਾ ਰਹੇ, ਤੁਹਾਨੂੰ ਕੀ ਲੱਗਦਾ ਕਿ ਨਗਰ ਨਿਗਮ ਲਾਉਂਦਾ ਜਿਹੜੀ ਕਿ ਬਹੁਤ ਵੱਡੀ ਲੁਧਿਆਣੇ ਦੀ ਚੋਣਾਂ ਮੰਨੀ ਜਾ ਰਹੀ ਹੈ, ਉਹਦੇ ਵਿੱਚ ਕਿਸ ਤਰ੍ਹਾਂ ਲੱਗ ਰਿਹਾ ਕਿ ਕਾਂਗਰਸ ਕਿਸ ਤਰ੍ਹਾਂ ਅਟੈਕ ਕਰੇਗੀ? ਮੈਂ ਤਾਂ ਇਹਨਾਂ ਨੂੰ ਪਹਿਲਾਂ ਹੀ ਕਿਹਾ ਜੀ ਵੀ ਦੇਖੋ ਇਹਨਾਂ ਕੋਲ ਹੋਰ ਕੋਈ ਮੁੱਦਾ ਹੀ ਨਹੀਂ ਹੈ, ਇਸ ਗੱਲ ਤੋਂ ਬਿਨਾਂ ਹੋਰ ਕੁਛ ਕਹਿ ਨਹੀਂ ਸਕਦੇ, ਜਦੋਂ ਐਡੀ ਵੱਡੀ ਹਾਰ ਹੋਈ ਹੋਵੇ ਪਤਾ ਹੋਰ ਕੀ ਕਹੂਗਾ ਆਪਣੇ ਆਪ ਨੂੰ ਲਿਖੋ ਕੇ, ਉਹੀ ਗੱਲ ਵਾਰ ਵਾਰ ਤਾਂ ਹੀ ਕਰੀ ਜਾਂਦੇ ਆ। ਜਲੰਧਰ ਅੰਮ੍ਰਿਤਸਰ ਵਗੈਰਾ ਪਟਿਆਲਾ ਦੇ ਵਿੱਚ ਜੀ 10 ਸਾਲ ਇਹਨਾਂ ਦੀ ਸਰਕਾਰ ਰਹੀ ਹੈ ਜੀ, ਕੀ ਗੱਲ ਇਹਨਾਂ ਕੋਲ ਵੋਟਰ ਲਿਸਟਾਂ ਹੈ ਨਹੀਂ ਸੀ, ਇਹਨਾਂ ਨੂੰ ਇਹਨਾਂ ਵੋਟਰਾਂ ਦਾ ਹੀ ਨਹੀਂ ਪਤਾ ਲੱਗਿਆ ਨਵੀਂ ਹੱਦਬੰਦੀ ਮੁਤਾਬਕ ਵੋਟਾਂ ਦੀ ਲਿਸਟਾਂ ਬਣ ਕੇ ਆਈਆਂ ਜੀ, ਇਹਨਾਂ ਨੂੰ ਵੋਟਰਾਂ ਦਾ ਨਹੀਂ ਪਤਾ ਲੱਗਿਆ ਵੀ ਜੋ ਗੱਲ ਕਹਿਣੀ ਚਾ ਰਿਹਾ ਜੀ ਕਿ ਨਵੀਂ ਹੱਦਬੰਦੀ ਦੇ ਮੁਤਾਬਕ ਵੋਟਾਂ ਦੀ ਕੰਮ ਹੀ ਨਹੀਂ ਕੀਤਾ, ਇਹਨਾਂ ਨੂੰ ਵੋਟਰਾਂ ਦਾ ਪਤਾ ਹੀ ਨਹੀਂ ਕਿਉਂਕਿ ਇਹਨਾਂ ਨੇ ਕੀਤਾ ਰਾਜ, ਬੇਸਿਕਲੀ ਕੀ ਆ ਵੀ ਇਹਨਾਂ ਨੇ ਕੀਤਾ ਰਾਜ ਜੀ ਜੀ, ਇਹਨਾਂ ਨੇ ਵੋਟਰਾਂ ਜਾਂ ਗਰਾਊਂਡ ਲੈਵਲ ਦੇ ਬੰਦਿਆਂ ਦੀ ਸੁਣਵਾਈ ਹੋਈ ਨਹੀਂ ਕੀਤੀ, ਤਾਂ ਹੀ ਕਿਸੇ ਦੇ ਨਾਲ ਘਰ ਘਰ ਤੁਰੇ ਹੀ ਨਹੀਂ ਜਾ ਕੇ, ਇਹਨਾਂ ਨੂੰ ਪਤਾ ਹੀ ਨਹੀਂ ਕਿਹੜਾ ਬੰਦਾ ਕਿੱਥੇ ਦੁਖੀ ਹੈ ਕਿੱਥੇ ਸੁਖੀ ਆ ਜੀ। ਇਹ ਇੱਕ ਹੋਰ ਸਵਾਲ ਬੜਾ ਅਹਿਮ ਆ ਰਿਹਾ ਜੀ, ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਹਾਲੀਆ ਦੇ ਵਿੱਚ GST ਰਿਵਾਈਵ ਕੀਤਾ ਔਰ ਉਸ ਤੋਂ ਪਹਿਲਾਂ ਨੋਟਬੰਦੀ ਰਹੀ, ਤੁਸੀਂ ਗੁਪਤਾ ਸਾਹਿਬ ਤੁਹਾਡੀ ਪਾਰਟੀ ਜਿਹੜੀ ਆਮ ਸ਼ਹਿਰੀ ਪਾਰਟੀ ਮੰਨੀ ਜਾਂਦੀ ਹੈ, ਉਸ ਨੂੰ ਲੈ ਕੇ ਤੁਸੀਂ ਕੀ ਮੰਨਦੇ ਹੋ ਕਿ ਜਿਹੜਾ ਕਿ ਹਾਲਾਂਕਿ ਗੁਜਰਾਤ ਅਤੇ ਹਿਮਾਚਲ 'ਚ ਤਾਂ ਇਹਦਾ ਫੈਕਟਰ ਦਿਖਿਆ ਨਹੀਂ, ਪੰਜਾਬ ਦੇ ਵਿੱਚ ਚੂੰਕਿ ਵਪਾਰਕ ਬੰਦੇ ਜ਼ਿਆਦਾ ਸੋਚਦੇ ਨੇ, ਤੁਹਾਨੂੰ ਕੀ ਲੱਗਦਾ ਕਿ GST ਔਰ ਨੋਟਬੰਦੀ ਨਗਰ ਨਿਗਮ ਦੀ ਚੋਣਾਂ ਵਿੱਚ ਕਿੰਨਾ ਕੋਈ ਫੈਕਟ ਰਹੇਗਾ ਤੁਹਾਡੇ ਹਿਸਾਬ ਨਾਲ? ਮੈਂ ਨਾ ਪਹਿਲਾਂ ਇੱਕ ਵਿਜੇ ਜੀ ਤੁਹਾਨੂੰ ਬੇਨਤੀ ਇਹ ਕਰਨੀ ਹੈ ਕਿ ਸਾਡੀ ਪਾਰਟੀ ਸ਼ਹਿਰੀਆਂ ਦੀ ਪਾਰਟੀ ਨੇ ਹੁਣ ਪਿੰਡਾਂ 'ਚ ਪਹੁੰਚ ਹੈ ਸਾਡੀ, ਠੀਕ ਹੈ ਜੀ, ਸਾਰੇ ਅੱਜ ਦੇਸ਼ ਦੇ 20 ਸਟੇਟਾਂ 'ਚ ਸਾਡੀ ਸਰਕਾਰ ਬਣ ਗਈ, ਨਹੀਂ ਉੱਥੇ ਪੰਜਾਬ 'ਚ ਥੋੜ੍ਹਾ ਜਿਹਾ, ਪੰਜਾਬ ਦੀ ਵੀ, ਪੰਜਾਬ ਦੇ ਪਿੰਡਾਂ ਦੇ ਵਿੱਚ ਸਾਡੇ ਯੂਨਿਟ ਬਣ ਚੁੱਕੇ ਆ ਬੜੇ ਵਧੀਆ ਔਰ ਅੱਛੇ ਢੰਗ ਨਾਲ, ਸੰਗਠਨਾਤਮਕ ਤੌਰ 'ਤੇ ਅਸੀਂ ਬਹੁਤ ਅੱਛੇ ਢੰਗ ਨਾਲ ਉਹਦਾ ਸਾਡਾ ਵੱਧ ਰਿਹਾ, ਡੇ ਬਾਈ ਡੇ ਅਸੀਂ ਹਰ ਬੂਥ 'ਤੇ ਜਾ ਰਹੇ ਹਾਂ ਜੀ। ਦੂਸਰਾ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਤੁਸੀਂ ਕੀ ਪੁੱਛਿਆ ਮੈਥੋਂ, ਮੈਂ GST ਦਾ ਪੁੱਛਿਆ ਵੀ ਉਹਦਾ ਕੀ ਪ੍ਰਭਾਵ ਰਹੇਗਾ ਇੱਧਰ ਨਗਰ ਨਿਗਮ, GST ਕੋਈ ਨੁਕਸਾਨ ਤਾਂ ਨਹੀਂ ਹੋਏਗਾ ਇੱਥੇ? ਦੇਖੋ GST ਜਿਸ ਦਿਨ ਲੱਗਿਆ, ਮੈਂ ਅਸੀਂ ਕੋਈ ਜਦੋਂ ਆਪਣਾ ਘਰ ਤੋੜ ਕੇ ਪੁਰਾਣਾ ਘਰ ਉਹਨੂੰ ਨਵਾਂ ਰੈਨੋਗੇਟ ਕਰਨਾ ਜੀ ਜੀ, ਅਤੇ ਉਹਦਾ ਮਲਬਾ ਵੀ ਨਿਕਲਣਾ ਜੀ, ਉਹਦਾ ਤੋੜ ਪੰਦ ਨਾਲ ਸਾਨੂੰ ਅਸੁਵਿਧਾ ਵੀ ਹੋਣੀ ਆ ਜੀ, ਅਤੇ ਮੈਂ ਸਮਝਦਾ ਵੀ ਨੋਟਬੰਦੀ ਵੀ ਔਰ GST ਵੀ ਜੀ ਦੋਨੋਂ ਦੇਸ਼ ਹਿੱਤ ਵਾਸਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬਹੁਤ ਵੱਡੇ ਕਦਮ ਚੁੱਕੇ ਨੇ ਜੀ। ਨੋਟਬੰਦੀ ਨਾਲ ਦੇਖੋ ਦੇਸ਼ ਦੇ ਵਿੱਚ ਅੱਤਵਾਦ ਦੀ ਕਮਰ ਟੁੱਟੀ ਹੈ ਜੀ,
ਬਹੁਤ ਵੱਡੀ ਫੇਕ ਕਰੰਸੀ ਸੀ ਜਿਹੜੀ ਸਾਡੇ ਦੇਸ਼ ਦੇ ਵਿੱਚ ਆਉਣੀ ਸੀਗੀ ਜਾਂ ਆ ਰਹੀ ਸੀਗੀ, ਉਹ ਅੱਜ ਬੰਦ ਹੋ ਗਈ ਹੈ। ਠੀਕ ਹੈ, ਕਾਲਾ ਧਨ ਬਹੁਤ ਫੜਿਆ ਗਿਆ ਹੈਗਾ। ਔਰ ਦੂਸਰੀ ਤਰ੍ਹਾਂ ਇਸੇ ਤਰ੍ਹਾਂ ਜੀ ਐੱਸ ਟੀ ਇੱਕ ਟੈਕਸ ਪੂਰੇ ਦੇਸ਼ ਦੇ ਅੰਦਰ ਇੱਕ ਪ੍ਰਣਾਲੀ ਟੈਕਸ ਦੀ ਬਣੀ ਹੈ ਜੀ, ਔਰ ਉਹ ਇੱਕ ਬਹੁਤ ਵੱਡਾ ਕਦਮ ਹੈ ਦੇਸ਼ ਹਿੱਤ ਦੇ ਅੰਦਰ। ਔਰ ਸ਼ੁਰੂ ਸ਼ੁਰੂ 'ਚ 10-15-20 ਦਿਨ ਲੋਕਾਂ ਨੂੰ ਨੋਟਬੰਦੀ 'ਚ ਦਿੱਕਤ ਆਈ ਹੋਣੀ, ਮੈਂ ਇਸ ਗੱਲ 'ਚੋਂ ਉਹਨੂੰ ਡਿਨਾਈ ਨਹੀਂ ਕਰਦਾ। ਜੀ ਐੱਸ ਟੀ ਦੇ ਵਿੱਚ ਵੀ ਹੌਲੀ 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 ਜਿਸ ਤਰ੍ਹਾਂ ਹੁਣ ਲੋਕਾਂ ਨੂੰ ਸਮਝ ਆਉਣ ਲੱਗੀ ਹੈ ਜੀ। ਔਰ ਤੁਸੀਂ ਇਹ ਬਹੁਤ ਵੱਡੀ ਮਿਸਾਲ ਹੈ, ਅੱਜ ਗੁਜਰਾਤ ਦੇ ਅੰਦਰ ਸੂਰਤ ਦੇ ਅੰਦਰ ਜਿੱਥੇ ਸਭ ਤੋਂ ਜ਼ਿਆਦਾ ਪ੍ਰੋਟੈਸਟ ਹੋਇਆ ਜੀ 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 ਐੱਸ ਟੀ ਦੇ ਜੀ ਜੀ, ਅੱਜ ਉਸ ਜ਼ਿਲ੍ਹੇ 'ਚੋਂ 16 ਦੇ ਵਿੱਚੋਂ 15 ਸੀਟਾਂ ਸੀ ਜਿੱਤੀਆਂ ਭਾਰਤੀ ਜਨਤਾ ਪਾਰਟੀ ਨੇ ਜਿੱਤੀਆਂ ਜੀ। ਸੋ ਲੋਕਾਂ ਨੇ ਉਹ ਚੀਜ਼ਾਂ ਸਾਰੀਆਂ ਅਸੈਪਟ ਕਰ ਲਈਆਂ। ਔਰ ਅੱਜ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੀ ਔਰ ਸਾਡੇ ਦੇਸ਼ ਦੇ ਫਾਈਨੈਂਸ ਮਿਨਿਸਟਰ ਸ਼੍ਰੀਮਾਨ ਅਰੁਣ ਜੇਤਲੀ ਜੀ ਵੀ, ਅਸੀਂ ਉਹਨਾਂ ਨਾਲ ਹਮੇਸ਼ਾ ਬੈਠਦੇ ਰਹਿੰਦੇ ਹਾਂ। ਔਰ ਉਹ ਬੜਾ ਖੁੱਲ੍ਹਾ ਹੈ ਕਿ ਜਿੱਥੇ ਕਿਤੇ ਸਮੱਸਿਆ ਵਪਾਰੀ ਨੂੰ ਆ ਰਹੀ ਹੈ ਸਾਨੂੰ ਦੱਸੋ, ਅਸੀਂ ਉਹਨਾਂ ਤੱਕ ਪਹੁੰਚਾਵਾਂਗੇ ਔਰ ਉਹ ਜੋ ਚੀਜ਼ਾਂ ਵਧੀਆ ਹੋ ਸਕਦੀਆਂ ਉਹਨੂੰ ਲਾਗੂ ਕਰਾਵਾਂਗੇ। ਚਲੋ ਇਹ ਤਾਂ ਬਾਅਦ ਆਉਣ ਵਾਲਾ ਟਾਈਮ ਦੱਸੇਗਾ, ਲੇਕਿਨ ਹੁਣ ਇਹ ਤੁਸੀਂ ਦੱਸੋ ਜੀ, ਜਿਹੜੀ ਲੋਕ ਵਿਧਾਨ ਸਭਾ ਦੀ ਚੋਣਾਂ ਗੁਜਰਾਤ ਔਰ ਹਿਮਾਚਲ 'ਚ ਹੋਈਆਂ, ਉਹਦੇ 'ਚ ਇੱਕ ਵਾਰੀ ਫਿਰ ਕਾਂਗਰਸ ਨੂੰ ਬੜੀ ਹੀ ਨਿਰਾਸ਼ਾਜਨਕ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਹੁਣ ਰਾਹੁਲ ਜੀ ਦਾ ਜਿਹੜੇ ਕਿ ਪਾਰਟੀ ਪ੍ਰਧਾਨ ਬਣ ਚੁੱਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ, ਉਹਨਾਂ ਦਾ ਭਵਿੱਖ ਹੁਣ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ? ਨਹੀਂ, ਰਾਹੁਲ ਜੀ ਨੇ ਬਹੁਤ ਵਧੀਆ ਐਫਰਟ ਕੀਤੇ ਆ ਜੀ, ਬੜੀ ਮਿਹਨਤ ਕੀਤੀ ਆ ਉਹਨਾਂ ਨੇ ਉੱਥੇ ਜੀ, ਔਰ ਸਭ ਕੁਝ ਠੀਕ ਸੀਗਾ ਜੀ, ਸਿਰਫ ਇੱਕ ਮਸ਼ੀਨਾਂ ਹੀ ਖਰਾਬ ਸੀਗੀਆਂ ਜੀ। ਤੁਹਾਡਾ ਕਹਿਣ ਦਾ ਮਤਲਬ ਕਿ ਪੂਰੀ ਤਰ੍ਹਾਂ ਟੈਂਪਰਿੰਗ ਕੰਮ ਹੋਇਆ? ਪੂਰਾ ਕੰਮ ਉਦਾਂ ਹੀ ਹੋਇਆ ਜੀ, ਉਹਦੇ 'ਚ ਕੋਈ ਸੋਚਣ ਦੀ ਲੋੜ ਹੀ ਨਹੀਂ ਦੂਜੇ ਪਾਸੇ, ਨਹੀਂ ਅਦਰਵਾਈਜ਼ ਕਾਂਗਰਸ ਦੀ ਸਰਕਾਰ ਹੀ 100% ਬਣਨੀ ਸੀ ਜੀ। ਹੁਣ ਰਾਹੁਲ ਗਾਂਧੀ ਜੀ ਦੇ ਭਵਿੱਖ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਰਾਹੁਲ ਗਾਂਧੀ ਜੀ ਸਾਡੇ ਆਉਣ ਵਾਲੇ ਨੇਤਾ ਜੀ, ਅਸੀਂ ਤਾਂ ਉਹਨਾਂ ਨੂੰ ਐਜ਼ ਏ ਪੀਐਮ ਦੇਖ ਰਹੇ ਹਾਂ ਜੀ। ਜੀ ਨੇਤਾ ਤਾਂ ਤੁਹਾਡੇ ਹੈਗੇ ਹੀ ਨੇ, ਹੁਣ ਆਉਣ ਵਾਲੇ ਕੀ ਆ? ਪਾਰਟੀ ਨੂੰ ਮਜ਼ਬੂਤ ਕਰਨ ਲਈ ਕੀ ਕਰਨਾ ਪਏਗਾ? ਪ੍ਰਧਾਨ ਮੰਤਰੀ ਕਿੱਦਾਂ ਬਣਨਗੇ, ਕਿਉਂਕਿ ਜਿੱਦਾਂ ਦੇ ਹਾਲਾਤ ਬਾਰ ਬਾਰ ਪੈਦਾ ਹੋ ਜਾ ਰਹੇ ਹੈ, ਉਹ ਹਰ ਵਿਧਾਨ ਸਭਾ ਚੋਣਾਂ ਨੂੰ ਹਾਰ ਜਾ ਰਹੇ ਹੈ, ਇੱਦਾਂ ਕਿਸ ਤਰ੍ਹਾਂ ਉਹ ਅੱਗੇ ਲੈ ਕੇ ਜਾਣਗੇ ਪਾਰਟੀ ਨੂੰ ਅੱਗੇ? ਸਰ ਪਾਰਟੀ ਨੂੰ ਦੇਖੋ, ਆਪਣੇ ਵੱਲੋਂ ਉਹ ਮਿਹਨਤ ਦੇਖੋ ਉਹਨਾਂ ਦੀ ਪੂਰੀ ਚੱਲ ਰਹੀ ਆ ਜੀ, ਔਰ ਪਾਰਟੀ ਹੁਣ ਜਿਵੇਂ ਸਟਰੋਂਗ ਦੇਖੋ, ਜਿੱਥੇ ਜਿੱਥੇ ਇਹਨਾਂ ਦੀ ਹੁਣ ਜਿਵੇਂ ਇੱਥੇ ਕੈਪਟਨ ਸਾਹਿਬ ਨੇ ਸਾਡੀ ਸਰਕਾਰ ਸੀਗੀ ਇੱਥੇ ਪੰਜਾਬ ਦੇ ਵਿੱਚ, ਅਸੀਂ ਮਸ਼ੀਨਾਂ ਟੈਂਪਰ ਨਹੀਂ ਹੋਣ ਦਿੱਤੀਆਂ ਜੀ, ਠੀਕ ਆ ਨਾ, ਤੇ ਰਿਜ਼ਲਟ ਦੇਖੋ ਕਿੰਨੇ ਵਧੀਆ ਆਏ ਆ ਜੀ, ਤੇ ਇਦਾਂ ਹੀ ਲੋਕ ਸਮਝਣ ਕਿ ਕਲਯੁਗ ਆ ਰਿਹਾ ਜ਼ਿੰਦਗੀ ਜੀ। ਨਹੀਂ, ਇੱਥੇ ਵੀ ਤਾਂ ਟੈਂਪਰਿੰਗ ਹੋ ਸਕਦੀ ਜੀ, ਤੁਹਾਡੇ ਤਾਂ ਕਿਸੇ ਨੇ ਧੱਕਾ ਕੀਤਾ ਜੀ ਇੱਥੇ, ਨਹੀਂ ਧੱਕਾ ਨਹੀਂ ਇੱਥੇ, ਕੋਈ ਟੈਂਪਰਿੰਗ ਨਹੀਂ, ਕੋਈ ਸਬੂਤ ਦੇ ਨਾ ਉੱਥੇ, ਤਾਂ ਯੂਪੀ ਦੇ ਵਿੱਚ ਵੀ ਆਲਰੇਡੀ ਸਬੂਤ ਦੇ ਆ ਚੁੱਕੇ ਇਹਨਾਂ ਦੇ ਸਾਹਮਣੇ, ਇਹਨਾਂ ਲਈ ਤਾਂ ਲੋਕਾਂ ਨੇ ਲੋਕ ਬੋਲ ਚੁੱਕੇ ਆ, ਸੋਸ਼ਲ ਮੀਡੀਆ ਤੇ ਵੀ ਆ ਚੁੱਕੇ ਆ, ਕੋਈ ਕਾਂਗਰਸ ਦਾ ਸਬੂਤ ਦੇਣ ਜੀ। ਇੱਕ ਗੱਲ ਹੋਰ ਦੱਸੋ, ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਹਾਰਦਿਕ ਪਟੇਲ ਔਰ ਜਗਨੀਸ਼ ਨੂੰ ਤੁਸੀਂ ਨਾਲ ਲਿਆ, ਆਉਣ ਵਾਲੇ ਲੋਕ ਸਭਾ 2019 ਜਿਹੜੀ ਚੋਣਾਂ ਹੈਗੀਆਂ ਬਹੁਤ ਅਹਿਮ ਨੇ ਦੇਸ਼ ਲਈ, ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਰਾਹੁਲ ਗਾਂਧੀ ਨੂੰ ਹੋਰ ਕੀ ਕਰਨਾ ਪਏਗਾ ਕਿ ਮੋਦੀ ਸਾਹਿਬ ਦਾ ਮੁਕਾਬਲਾ, ਕਿਉਂਕਿ ਮੋਦੀ ਸਾਹਿਬ ਤਾਂ ਕਿਸੇ ਦੇ ਬਸ 'ਚ ਹੀ ਨਹੀਂ ਆ ਰਹੇ, ਕਿੱਦਾਂ ਕਾਂਗਰਸ? ਸਰ ਮੋਦੀ ਸਾਹਿਬ ਨੂੰ ਦੇਖੋ, ਮੋਦੀ ਸਾਹਿਬ ਕੋਈ ਜਾਦੂਗਰ ਨਹੀਂ ਆ, ਜਾਂ ਮੋਦੀ ਸਾਹਿਬ ਕੋਈ ਇਹੋ ਜਿਹੀ ਚੀਜ਼ ਨਹੀਂ ਆ ਵੀ ਜਿਹੜਾ ਉਹਨਾਂ ਨੇ ਕੋਈ ਬਹੁਤ ਵਧੀਆ ਦੇਸ਼ ਲਈ ਕੁਛ ਕੀਤਾ ਜੀ, ਠੀਕ ਹੈ ਨਾ, ਆਪਾਂ ਜੇ ਸਾਰਾ ਕੁਛ ਪਹਿਲਾਂ ਹੀ ਇਹ ਚੀਜ਼ਾਂ ਦੇ ਆਪਾਂ ਮੁੱਦਿਆਂ ਤੇ ਡਿਸਕਸ ਕਰ ਵੀ ਚੁੱਕੇ ਹਾਂ ਤੇ ਆਪਾਂ ਦੇਖ ਵੀ ਰਹੇ ਹਾਂ, 800 ਰੁਪਏ ਦਾ ਗੈਸ ਸਿਲੰਡਰ ਕਰਤਾ, ਠੀਕ ਹੈ ਨਾ, ਜੀ ਐੱਸ ਟੀ ਲਾ ਦੀ, ਨੋਟਬੰਦੀ ਕਰਤੀ ਜੀ, ਮਤਲਬ ਬਿਜ਼ਨਸਮੈਨ ਦਾ ਇਸ ਟਾਈਮ ਜੋ ਬੁਰਾ ਹਾਲ ਹੈ ਇਹ ਜਾਣਦੇ ਆ, ਪਰ ਬੋਲ ਨਹੀਂ ਸਕਦੇ ਕਿਉਂਕਿ ਇਹ ਹੈ ਬੀਜੇਪੀ ਦੇ ਆ ਨਾ ਜੀ, ਅਦਰਵਾਈਜ਼ ਮਾਡਲ ਟਾਊਨ 'ਚ ਇਹੀ ਆ, ਮਾਡਲ ਟਾਊਨ 'ਚ ਮੈਂ ਹੈਗਾ ਉੱਥੇ ਵੀ ਜੀ, ਠੀਕ ਹੈ ਨਾ, ਤੁਸੀਂ ਕਰੀ ਉੱਥੇ ਦੇਖੋ ਦੁਕਾਨਦਾਰਾਂ ਦਾ ਜਾਂ ਮਾਰਕੀਟਾਂ ਦਾ ਕੀ ਹਾਲ ਆ, ਪਿੱਛੇ ਜੇ ਦਿਨ ਦਿਨ ਤਿਉਹਾਰ ਆਏ ਸੀ ਜਦੋਂ ਇਹਨਾਂ ਦੇ 10 ਸਾਲ ਦੇ ਟਰਮ ਦੇ ਵਿੱਚ ਜੀ, ਬੇਨਸ ਕੀ ਕਿੱਥੋਂ ਦੀ ਕਿੱਥੇ ਤੱਕ ਲੋਕਾਂ ਦਾ ਲੈ ਕੇ ਥੱਲੇ ਜੀ। ਗੁਪਤਾ ਜੀ, ਤੁਹਾਨੂੰ ਪਹਿਲਾਂ ਇੱਕ ਵਾਰੀ ਵਧਾਈਆਂ ਦੇ ਦਾਂ ਮੈਂ ਗੁਜਰਾਤ ਦੀਆਂ। ਹਾਂਜੀ ਹਾਂਜੀ, ਤੁਹਾਨੂੰ ਵੀ ਬਹੁਤ ਬਹੁਤ ਜੀ। ਇਹ ਇੱਕ ਜਿਹੜਾ ਮੈਸੇਜ ਗਿਆ ਜੀ ਕਿ ਚਲੋ ਮੋਦੀ ਸਾਹਿਬ ਦੁਆਰਾ ਜਿੱਤ ਗਏ, ਗੁਜਰਾਤ ਦੁਆਰਾ ਜਿੱਤ ਲਿਆ ਉਹਨਾਂ ਨੇ, ਤੁਹਾਨੂੰ ਕੀ ਲੱਗਦਾ ਕਿ ਜਿਹੜੀ ਜਿੱਤ ਹੈ ਇਹਦੇ ਕਿੰਨੇ ਮਾਇਨੇ, ਔਰ ਇਹਦਾ 2019 ਦੀ ਲੋਕ ਸਭਾ ਜਿਹੜੀ ਚੋਣਾਂ ਹੋਣ ਜਾ ਰਹੀ ਉਹਦੇ 'ਚ ਕਿੰਨਾ ਕੁ ਅਸਰ ਪਏਗਾ? ਮਾਇਨੇ ਦੇਖੋ, ਮੈਂ ਤੁਹਾਨੂੰ 2-3 ਚੀਜ਼ਾਂ ਦੱਸਦਾ ਜੀ।
23 ਸਾਲ ਤੋਂ ਗੁਜਰਾਤ ਦੇ ਅੰਦਰ ਲਗਾਤਾਰ ਭਾਰਤੀ ਜਨਤਾ ਪਾਰਟੀ ਸਰਕਾਰ ਹੈ ਜੀ, ਔਰ ਹੁਣ 5 ਸਾਲ ਬਾਅਦ ਤੇ ਲੋਕਾਂ ਨੇ ਫਿਰ ਚੁਣਤਾ ਜੀ। 23 ਸਾਲ ਦਾ ਸਮਾਂ ਥੋੜ੍ਹਾ ਨਹੀਂ ਹੁੰਦਾ ਜੀ, ਐਂਟੀ ਇਨਕੰਬੈਂਸੀ ਬੜੀ ਜ਼ਬਰਦਸਤ ਹੋ ਜਾਂਦੀ ਹੈ। ਔਰ ਫਿਰ ਕਾਂਗਰਸ ਦੇ ਜਿਹੜੇ ਇਹਨਾਂ ਦੇ ਰਾਹੁਲ ਗਾਂਧੀ ਜੀ ਪ੍ਰਧਾਨ ਬਣੇ ਨਵੇਂ ਨਵੇਂ ਜੀ, ਜਿਹਨਾਂ ਨੇ ਬੜਾ ਵਧੀਆ ਕੰਮ ਕੀਤਾ ਉੱਥੇ, ਉਹਨਾਂ ਨੇ ਸਾਰੇ ਜਿੰਨੇ ਬੀਜੇਪੀ ਦੇ ਐਂਟੀ ਫੈਕਟਰ ਸੀਗੇ ਉੱਥੇ ਇਕੱਠੇ ਕੀਤੇ ਜੀ, ਸਾਰਿਆਂ ਨੂੰ ਇਕੱਠੇ ਕਰਕੇ ਬੀਜੇਪੀ ਦੇ ਖਿਲਾਫ਼ ਖੜਾ ਕੀਤਾ ਜੀ, ਠੀਕ ਹੈ। ਔਰ ਹਰ ਤਰ੍ਹਾਂ ਦਾ ਇਸਤੇਮਾਲ ਕੀਤਾ ਗਿਆ, ਦਾਮ ਸਾਮ ਦੰਡ ਭੇਦ ਸਭ ਕੁਝ ਉਹਨਾਂ ਨੇ ਕੀਤਾ ਹਰ ਤਰ੍ਹਾਂ ਦਾ ਜੀ। ਉਹਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਉੱਥੇ ਜਿੱਤ ਕੇ ਆਈ ਹੈ, ਕਲੀਅਰ ਮੈਜੋਰਟੀ ਲੈ ਕੇ ਜਿੱਤ ਜੀ। ਔਰ ਇਹ ਮੈਜੋਰਟੀ ਜਿਹੜੀ ਆਈ ਹੈ ਉਹ ਨਰਿੰਦਰ ਮੋਦੀ ਜੀ ਦੀਆਂ ਜਿਹੜੀਆਂ ਸ਼ਾਨਦਾਰ ਲੋਕਾਂ ਦੇ ਵਾਸਤੇ ਕੰਮ ਜਨ ਕਲਿਆਣ ਨੀਤੀਆਂ ਜੀ ਉਹਨੂੰ ਵੋਟ ਹੈ। ਔਰ ਪੂਰੇ ਦੇਸ਼ ਦੇ ਅੰਦਰ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ ਜੀ, ਅੱਜ 20 ਪ੍ਰਦੇਸ਼ਾਂ ਦੇ ਅੰਦਰ ਸਾਡੀ ਸਰਕਾਰ ਬਣ ਚੁੱਕੀ ਹੈ ਜੀ। ਔਰ ਜਿਹੜੀਆਂ 4-5 ਸਟੇਟਾਂ ਰਹਿ ਗਈਆਂ ਦਿਨ ਦੂਰ ਨਹੀਂ, ਉੱਥੇ ਵੀ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦੇ ਸਦਕੇ ਲੋਕ ਜਿਹੜੇ ਹੈ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣਗੇ। ਸੋ ਮੈਂ ਤਾਂ ਦੇਖੋ ਕਹੇ ਤਾਂ ਕੁਛ ਨਹੀਂ ਹੋਣਾ, ਕੰਮ ਤਾਂ ਲੋਕਾਂ ਨੇ ਡਿਸੀਜਨ ਦੇਣਾ। ਮੇਰੇ ਕਹੇ ਨਾਲ ਕਿ ਜੀ ਮੈਂ ਇੱਥੇ ਹੁਣ ਕਹਿਣ ਬਹਿ ਜਾ ਜੀ ਇੰਨਾ ਕੰਮ ਕਰਤਾ ਇੰਨਾ ਕੀਤਾ, 3 ਸਾਲ ਦੀ ਪਰਫੋਰਮੈਂਸ ਜਿਹੜੀ ਸੀਗੀ ਉਹ ਲੋਕਾਂ ਨੇ ਅੱਜ ਦੇ ਦਿੱਤੀ ਹੈਗੀ। ਮੈਂ ਇਹਦੇ ਵਾਸਤੇ ਕੋਈ ਬਖਿਆਨ ਕਰਾਂ ਕਿ ਜੀ ਇੱਦਾਂ ਹੋ ਗਿਆ ਇੱਦਾਂ ਹੋ ਗਿਆ, ਨਹੀਂ ਫਿਰ ਇਸ ਗੱਲ ਨੂੰ ਮੰਨਦੇ ਆ ਨਾ ਵੀ ਜਿਹੜੀ ਕਿ ਮਤਲਬ ਡਿਵੈਲਪਮੈਂਟ ਦੇ ਕਹਿੰਦੇ ਆ ਵੀ ਮਤਲਬ ਜਿਹੜਾ ਅਸੀਂ ਕੰਮ ਕੀਤਾ ਉਹਦੀ ਸਾਨੂੰ ਵੋਟ ਮਿਲੀ ਆ, ਇਟ ਮੀਨਸ ਇਹ ਮੰਨਦੇ ਆ ਵੀ ਪੰਜਾਬ ਦੇ ਵਿੱਚ 10 ਸਾਲ ਇਹਨਾਂ ਦੀ ਗੱਠਜੋੜ ਦੀ ਸਰਕਾਰ ਰਹੀ ਆ ਵੀ ਇਹਨਾਂ ਨੇ ਕੁਛ ਕੀਤਾ ਨਹੀਂ ਤਾਂ ਹਾਰੇ ਆ। ਜਿਹੜੀ ਪੰਜਾਬ ਦੀ ਗੱਲ ਕਰਦੇ ਆ ਮੇਰੀ ਗੱਲ ਸੁਣ ਲਓ, ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ। ਦੇਖੋ 10 ਸਾਲ ਅੱਜ 10 ਸਾਲ ਪਹਿਲਾਂ ਦਾ ਪੰਜਾਬ ਦੇਖ ਲਓ ਜਦੋਂ ਕੈਪਟਨ ਸਾਹਿਬ ਦੀ ਗੌਰਮੈਂਟ ਸੀ ਜੀ, 2002 ਤੋਂ ਲੈ ਕੇ 2007 ਦਾ ਟਾਈਮ ਸੀਗਾ। ਉਸ ਤੋਂ ਬਾਅਦ 2007 ਤੋਂ ਲੈ ਕੇ 2017 ਤੱਕ ਸਾਡੀ ਭਾਈਵਾਲ ਸਾਡੀ ਗਠਬੰਧਨ ਦੀ ਸਰਕਾਰ ਰਹੀ ਹੈ, ਬਹੁਤ ਡਿਵੈਲਪਮੈਂਟ ਹੋਈ ਹੈ। ਕੰਪੈਰੀਜ਼ਨ ਕਰ ਲਓ, ਮੈਂ ਉਦੋਂ ਦਾ ਕੋਈ ਇੱਥੇ ਲਿਸਟ ਮੈਂ ਦੇਣ ਬਹਿ ਜਾ, ਜਲੰਧਰ ਦੀ ਸ਼ਕਲ ਬਦਲੀ ਹੈ, ਅੰਮ੍ਰਿਤਸਰ ਦੀ ਸ਼ਕਲ ਬਦਲੀ ਹੈ, ਸਾਰੇ ਸਟੇਟ ਗੌਰਮੈਂਟ ਨੇ ਕੀਤੇ ਨੇ, ਤੁਸੀਂ ਵੀ ਜਾਣਦੇ ਹੋ ਇਸ ਗੱਲ ਨੂੰ, ਤੁਸੀਂ ਵੀ ਜਾਣਦੇ ਹੋ। ਹੁਣ ਤੁਸੀਂ ਮੈਂ ਉਹਦੇ 'ਚ ਜ਼ਿਆਦਾ ਡਿਟੇਲ 'ਚ ਨਹੀਂ ਬਣਾ, ਸਾਰੀ ਦੁਨੀਆ ਕਹਿੰਦੀ ਹੈ ਪੰਜਾਬ ਕਹਿੰਦਾ। ਮੈਂ ਜੋ ਮਹਿਸੂਸ ਕਰਦਾ ਕਿ ਵਿਧਾਨ ਸਭਾ ਦੇ ਵਿੱਚ ਇੱਕ ਤਾਂ ਐਂਟੀ ਇਨਕੰਬੈਂਸੀ 10 ਸਾਲ ਦੀ ਜੀ ਸਾਡੀ ਸਰਕਾਰ ਦੇ ਖਿਲਾਫ਼ ਗਈ ਹੈ, ਔਰ ਦੂਸਰਾ ਕਿਤੇ ਨਾ ਕਿਤੇ ਇਹਨਾਂ ਨੇ ਇੱਕ ਭਰਮ ਪੈਦਾ ਕੀਤਾ ਪੂਰੇ ਪੰਜਾਬ ਦੇ ਅੰਦਰ ਜੀ ਕਿ ਜੀ ਨਸ਼ਾ ਵਿਕਦਾ, ਰੇਤਾ ਮਹਿੰਗਾ ਜੀ, ਨਾ ਤਾਂ ਨਸ਼ਾ ਬੰਦ ਹੋਇਆ ਨਾ ਰੇਤਾ, ਰੇਤਾ ਹੋਇਆ ਉਲਟਾ ਮਹਿੰਗਾ ਹੋ ਗਿਆ। ਫਿਰ ਨਹੀਂ ਫਿਰ ਇਹਨਾਂ ਨੇ ਜਨਤਾ ਦੇ, ਇੱਕ ਮਿੰਟ ਮੈਨੂੰ ਗੱਲ ਪੂਰੀ ਕਰ ਲੈਣ, ਜੋ ਜਨਤਾ ਨਾਲ ਇਹਨਾਂ ਨੇ ਵਾਅਦੇ ਕੀਤੇ ਸੀਗੇ ਜੀ, 500 ਰੁਪਇਆ ਪੈਨਸ਼ਨ ਸਾਡੀ ਸਰਕਾਰ ਦਿੰਦੀ ਸੀਗੀ, ਉਹਨਾਂ ਨੇ ਕਹਿਤਾ 2500 ਕਰਾਂਗੇ, 500 ਵੀ ਬੰਦ ਕਰਤੇ ਜੀ। ਔਰ ਫਿਰ ਇਹਨਾਂ ਨੇ ਕਿਹਾ ਸੀ ਕਿ ਹਰ ਘਰ 'ਚ ਨੌਕਰੀ ਦੇਵਾਂਗੇ, ਇੱਕ ਨੌਕਰੀ ਨਹੀਂ ਦਿੱਤੀ। ਫਿਰ ਇਹਨਾਂ ਨੇ ਕਿਹਾ ਸੀਗਾ ਕਿ ਜੀ ਹਰ ਨੌਜਵਾਨ ਨੂੰ ਸਮਾਰਟਫੋਨ ਦੇਵਾਂਗੇ ਜੀ, ਬਿਲਕੁਲ, ਕਿਤੇ ਕੋਈ ਸਮਾਰਟਫੋਨ ਨਹੀਂ ਦਿੱਤਾ, ਕਿਸਾਨਾਂ ਦੇ ਕਰਜ਼ਾ ਮਾਫ਼ ਕਿਤੇ ਨਹੀਂ ਤਾਂ ਰੱਖੀ ਹੋਵੇ ਜੀ, ਕਿਤੇ ਕੋਈ ਕੈਬਨਿਟ ਦੇ ਵਿੱਚ ਪਾਸ ਤਾਂ ਕੀਤਾ ਹੋਵੇ। ਅੱਜ 9 ਮਹੀਨੇ ਦਾ ਟਾਈਮ ਨਿਕਲ ਗਿਆ, ਮੈਂ ਇਹਨਾਂ ਨਾਲ ਗੱਲ ਨਾਲ ਸਹਿਮਤ ਹੈ ਕਿ ਜੀ ਟਾਈਮ ਲੱਗਦਾ ਜੀ, ਮੰਨ ਲਈ ਗੱਲ, ਉਹਦਾ ਕੋਈ ਪਲਾਨ ਤਾਂ ਤਿਆਰ ਕਰੋ ਕਿ ਜੀ ਅਸੀਂ ਆ ਕਿਸਾਨਾਂ ਦਾ ਕਰਜ਼ਾ ਇੱਦਾਂ ਮਾਫ਼ ਕਰਨਾ, ਅਸੀਂ ਸਮਾਰਟਫੋਨ ਇੱਦਾਂ ਦੇਣੇ ਹੈ, ਅਸੀਂ 2500 ਦੀ ਪੈਨਸ਼ਨ ਇੱਦਾਂ ਦੇਣੀ ਹੈ, ਕੁਛ ਤਾਂ ਪਲਾਨ ਕਰੋ, ਕਿਤੇ ਤੋਂ ਸ਼ੁਰੂਆਤ ਤਾਂ ਕਰੋ, ਕਿਤੇ ਸ਼ੁਰੂਆਤ ਨਹੀਂ। ਸਭ ਤੋਂ ਪਹਿਲਾਂ ਮੁੱਖ ਮੰਤਰੀ ਜੀ ਕਹਿੰਦੇ ਨੇ, ਮੁੱਖ ਮੰਤਰੀ ਜੀ ਕਹਿੰਦੇ ਨੇ ਕਿ ਸਾਡੇ ਕੋਲ ਅਸੀਂ ਸਰ ਦੇਣ ਦੀ ਸਾਰੇ ਕੋਲ ਸਾਡੀ ਸਾਰੀ ਇੱਛਾ ਹੈਗੀ ਹੈ, ਲੇਕਿਨ ਸਾਡੇ GST ਦੇ ਪੈਸੇ ਮੋਦੀ ਸਾਹਿਬ ਕੋਲ ਐਗਜ਼ੈਕਟਲੀ, ਕੋਈ ਇਹ ਕੀ ਲੱਗਦੀ, ਕੋਈ ਐਸਾ ਨਹੀਂ ਹੈਗਾ
ਇੱਕ ਮੈਂ ਤੁਹਾਨੂੰ ਜੀ ਐਸ ਟੀ ਦਾ ਭਰਮ ਹੈ ਵੀ ਲੋਕਾਂ ਦੇ ਗਲਤ ਇਹਨਾਂ ਨੂੰ ਆਦਤ ਹੈ ਭਰਮ ਪੈਦਾ ਕਰਕੇ ਕੰਮ ਕਰਦੇ ਨੇ ਜੀ, ਉੱਥੇ ਕਲੀਅਰ ਹੈ ਉੱਥੇ ਅੱਜ 75% ਜਿਹੜੇ ਸਟੇਟਾਂ ਦੇ ਵਿੱਤ ਮੰਤਰੀ ਨੇ ਜੀ ਜੀ 75% ਉਹਨਾਂ ਕੋਲ ਪਾਵਰ ਨੇ, 25% ਸੈਂਟਰ ਕੋਲ ਪਾਵਰ ਰਹਿ ਗਈਆਂ। ਮੈਂ ਸਾਰਿਆਂ ਨੂੰ ਦੱਸਣਾ ਵੀ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਜੀ ਜੀ, ਸਾਡੀ ਖੁਦ ਇਸ ਮਾਮਲੇ 'ਤੇ ਚਰਚਾ ਹੋਈ ਹੈ ਔਰ ਉਹ ਰੈਗੂਲਰ ਜੋ ਪੰਜਾਬ ਦਾ ਸ਼ੇਅਰ ਹੈ ਕਦੇ ਆਇਆ ਹੀ ਨਹੀਂ। ਇਹ ਐਵੇਂ ਗੱਲਾਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਕਰਦੇ ਆ ਵੀਰੇ ਜੀ, ਕਿਤੇ ਹੋ ਸਕਦਾ ਵੀ ਅੱਜ 4 ਮਹੀਨੇ ਤੋਂ ਉੱਪਰ ਨਹੀਂ, ਇਹ ਕਾਂਗਰਸ ਐਲੀਗੇਸ਼ਨ ਮੈਂ ਨਹੀਂ ਲਾਂਦਾ ਜੀ, ਕਾਂਗਰਸ ਮੈਂ ਤੁਹਾਨੂੰ ਹੀ ਦੱਸ ਰਿਹਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸ ਰਿਹਾ ਵੀ ਹੋ ਸਕਦਾ ਵੀ 4 ਮਹੀਨੇ ਤੋਂ ਜੀਐਸਟੀ ਦਾ ਕੋਈ ਪੈਸਾ ਨਹੀਂ ਪੰਜਾਬ 'ਚ ਆਇਆ ਜੀ ਜੀ, ਸਾਰਾ ਕੰਮ ਕੱਢ ਜੂਗਾ ਜੀ, ਸਾਰਾ ਪੰਜਾਬ ਦਾ ਸਿਸਟਮ ਬੰਦ ਹੋ ਜੂਗਾ। ਬਿਲਕੁਲ ਜੀ, ਇਹ ਐਵੇਂ ਗੁੰਮਰਾਹ ਕਰਨ ਵਾਲੀ ਗੱਲ ਹੈ, ਅਸੀਂ ਗੁੰਮਰਾਹ ਨਾ ਕਰੀਏ। ਸਾਡੇ ਇੱਥੋਂ ਜਦੋਂ ਜੀਐਸਟੀ ਲੱਗਿਆ ਸਰਕਾਰ ਪੰਜਾਬ ਦੇ ਵਿੱਚ ਕਾਂਗਰਸ ਦੀ ਸੀਗੀ, ਇਹਨਾਂ ਦੀ ਵੀ ਸਹਿਮਤੀ ਹੈ, ਨੋ ਡਾਊਟ। ਅਸੀਂ ਕਹਿੰਦੇ ਹਾਂ ਵੀ ਸਾਡੀ ਸਰਕਾਰ ਲੈ ਕੇ ਆਈ ਹੈ, ਮੋਦੀ ਜੀ ਲੈ ਕੇ ਆਏ ਹਾਂ ਜੀਐਸਟੀ, ਔਰ ਦੇਸ਼ ਦੇ ਹਿੱਤ ਵਾਸਤੇ, ਦੇਸ਼ ਦੇ ਭਲੇ ਵਾਸਤੇ ਲੈ ਕੇ ਆਏ ਜੀ। ਇੱਕ ਲਾਸਟ ਕੁਐਸਚਨ ਤੁਹਾਡੇ ਤੋਂ, ਇਹ ਹੁਣ 2019 ਰਾਹੁਲ ਜੀ ਲਈ ਕਿਸ ਤਰ੍ਹਾਂ ਦੇ ਲਈ ਦੇਖ ਰਹੇ ਹੋ ਤੁਸੀਂ? ਸਰ ਅਸੀਂ ਉਹਨਾਂ ਨੂੰ ਐਜ਼ ਏ ਪੀਐਮ ਦੇਖ ਰਹੇ ਹਾਂ ਜੀ ਇੰਡੀਆ ਦਾ। ਅੱਛਾ ਜੀ, ਬਿਲਕੁਲ ਸਰ, ਔਰ ਇਹ 100% ਸ਼ੋਰ ਹੈ ਜੀ ਉਹ ਪੀਐਮ ਬਣਨਗੇ ਜੀ। ਗੁਪਤਾ ਸਾਹਿਬ, ਤੁਹਾਡੀ ਆਖਰੀ, 2019 ਲੋਕ ਸਭਾ ਚੋਣਾਂ ਬਹੁਤ ਇੰਪੋਰਟੈਂਟ ਰਹੇਗੀ ਮੋਦੀ ਸਾਹਿਬ ਲਈ, ਹਾਲਾਂਕਿ ਕਿਹਾ ਜਾ ਰਿਹਾ ਸੀ ਕਿ ਜੇ ਮੋਦੀ ਸਾਹਿਬ ਗੁਜਰਾਤ ਹਾਰ ਜਾਣਗੇ ਤਾਂ ਸਮਝ ਲਓ ਕਿ ਉਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੈ, ਲੇਕਿਨ ਉਹ ਫਿਰ ਜਿੱਤ ਗਏ ਹੈ, ਅਤੇ ਹੁਣ ਕੀ ਲੱਗ ਰਿਹਾ ਕਿ 2019 ਕਿਸ ਤਰ੍ਹਾਂ ਜਾਏਗਾ? ਦੇਖੋ, ਜਨਤਾ ਨੇ ਫੈਸਲਾ ਕਰਨਾ ਜੀ। 2019 ਕੋਈ ਜ਼ਿਆਦਾ ਦੂਰ ਨਹੀਂ ਹੈਗਾ ਹੁਣ ਜੀ, 2 ਸਾਲ ਬਾਅਦ 2019 ਆ ਜਾਣਾ, 1.5 ਸਾਲ ਹੀ ਰਹਿ ਗਿਆ ਜਦੋਂ ਚੋਣ ਹੋਣੀ ਹੈ, ਔਰ 3.5 ਸਾਲ ਦੀ ਗੌਰਮੈਂਟ ਦੀ ਪਰਫੋਰਮੈਂਸ ਨੂੰ ਦੇਖ ਕੇ ਅੱਜ ਹਿਮਾਚਲ ਔਰ ਗੁਜਰਾਤ ਦੇ, ਖਾਸ ਕਰ ਗੁਜਰਾਤ ਦੀ ਮੈਂ ਗੱਲ ਕਰਦਾ, ਚਲੋ ਹਿਮਾਚਲ 'ਚ ਗੱਲ ਕਹਿ ਸਕਦੇ ਵੀ ਸਰਕਾਰ ਕਾਂਗਰਸ ਦੀ ਐਂਟੀ ਇਨਕਮੈਂਸੀ ਹੋ ਗਈ, ਪਰ ਗੁਜਰਾਤ ਦੇ ਅੰਦਰ ਲਗਾਤਾਰ 23 ਸਾਲ ਦੀ ਸਰਕਾਰ ਤੋਂ ਬਾਅਦ ਅੱਜ 5 ਸਾਲ ਵਾਸਤੇ ਫਿਰ ਭਾਰਤੀ ਜਨਤਾ ਪਾਰਟੀ ਨੂੰ ਚੁਣਿਆ ਲੋਕਾਂ ਨੇ, ਔਰ ਇਹ ਸਿੱਧਾ ਸਿੱਧਾ ਮੋਦੀ ਜੀ ਦੀਆਂ ਨੀਤੀਆਂ, ਦੇਸ਼ ਦੇ ਪ੍ਰਤੀ ਜੋ ਨੀਤੀਆਂ, ਔਰ ਉਹਨੂੰ ਉੱਥੇ ਬਹੁਤ ਤਾਤਾਦ ਦੇ ਵਿੱਚ ਵਪਾਰੀ ਵੀ ਹੈ, BC ਵੀ ਹੈ ਜੀ, ਸਾਰੇ ਉੱਥੇ ਵਰਗ ਬੈਠੇ ਨੇ, ਉਹਨਾਂ ਨੇ ਦੁਬਾਰਾ ਸਰਕਾਰ ਬਣਾਈ ਹੈ, ਔਰ ਇਹ 2019 ਦਾ ਸਾਈਨ ਹੈ ਕਿ ਅਸੀਂ 2019 ਦੇ ਵਿੱਚ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਜੀ। ਮੁੱਦੇ ਦੀ ਗੱਲ ਵਿੱਚ ਅੱਜ ਇੰਨਾ ਹੀ, ਅਸੀਂ ਕੱਲ੍ਹ ਹੋਰ ਨਵੇਂ ਮੁੱਦੇ ਨਾਲ ਤੁਹਾਡੇ ਸਮਕਸ਼ ਰੂਬਰੂ ਹੋਵਾਂਗੇ, ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ, ਧੰਨਵਾਦ।